ਸਤਿ ਸ਼੍ਰੀ ਅਕਾਲ। ਇਮੀਗ੍ਰੇਸ਼ਨ ਅਪਡੇਟਸ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ ਹਾਂ ਤੁਹਾਡੇ ਨਾਲ ਪ੍ਰੀਤ। ਅਤੇ ਅੱਜ ਗੱਲਬਾਤ ਕਰਾਂਗੇ ਅਸੀਂ ਹੋਰ ਬਹੁਤ ਸਾਰੀਆਂ ਕੰਟਰੀਜ਼ ਜਿਵੇਂ ਕਿ ਆਸਟ੍ਰੇਲੀਆ, UK, ਸਾਈਪ੍ਰਸ, ਸਿੰਗਾਪੁਰ ਬਾਰੇ ਅੱਜ ਡਿਸਕਸ਼ਨ ਹੋਵੇਗੀ। ਅਤੇ ਇਹ ਸਾਰੇ ਡਿਸਕਸ਼ਨ ਸਾਡੇ ਨਾਲ ਕਰਨਗੇ ਐਜੂਕੇਸ਼ਨ ਐਬਰੋਡ ਕੰਸਲਟੈਂਟਸ ਤੋਂ ਜਤਿੰਦਰ ਸਿੰਘ ਜੀ, ਜੋ ਕਿ ਸਾਡੇ ਸਟੂਡੀਓ ਦੇ ਵਿੱਚ ਇਸ ਟਾਈਮ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ, ਵੈਲਕਮ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਹੁਣ ਸਭ ਤੋਂ ਪਹਿਲਾਂ ਅਸੀਂ ਆਸਟ੍ਰੇਲੀਆ ਲੈਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਦੇ ਐਲੀਜੀਬਿਲਟੀ ਕ੍ਰਾਈਟੀਰੀਆ ਦੀ ਗੱਲ ਕੀਤੀ ਜਾਵੇ, ਕਿਉਂਕਿ ਸਟੂਡੈਂਟਸ ਨੂੰ ਕਈ ਵਾਰ ਇਹ ਨਹੀਂ ਪਤਾ ਹੁੰਦਾ ਕਿ ਪ੍ਰੋਫਾਈਲ ਕਿੱਦਾਂ ਦਾ ਚੱਲੇਗਾ। ਕੋਈ ਵੀ ਚਾਹੇ ਉਹਦੀ ਪਰਸੈਂਟੇਜ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੰਨੀ ਪਰਸੈਂਟੇਜ ਆਸਟ੍ਰੇਲੀਆ ਵਾਸਤੇ ਚੱਲਣੀ, ਕਿੰਨੇ ਬੈਂਡਸ ਚੱਲਣੇ, ਕੀ ਹੋਣਾ ਚਾਹੀਦਾ ਐਲੀਜੀਬਿਲਟੀ ਕ੍ਰਾਈਟੀਰੀਆ। ਜੇ ਆਪਾਂ ਪ੍ਰੀਤ ਜੀ ਆਸਟ੍ਰੇਲੀਆ ਨੂੰ ਲੈ ਕੇ ਗੱਲ ਕਰੀਏ, ਹਰ ਵਾਰ ਦੀ ਤਰ੍ਹਾਂ ਆਪਾਂ ਮੈਕਸੀਮਮ ਅਸੀਂ ਆਸਟ੍ਰੇਲੀਆ ਨੂੰ ਲੈ ਕੇ ਗੱਲ ਕਰਦੇ ਹਾਂ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਸਾਡਾ ਸਕਸੈਸ ਰੇਟ ਜਿਹੜਾ ਆਲਮੋਸਟ 95% ਤੋਂ ਅਬਵ ਹੈ, ਕਿਉਂਕਿ ਅਸੀਂ ਜਿਹੜੀ ਵੀ ਫਾਈਲਸ ਅਸੀਂ ਪਿੱਕ ਕਰਦੇ ਹਾਂ, ਜਿਹੜੀ ਵੀ ਫਾਈਲਸ ਅਸੀਂ ਉਸੇ ਸਟੂਡੈਂਟ ਨੂੰ ਅਨਰੋਲ ਕਰਦੇ ਹਾਂ ਜਿੱਦਾਂ ਸਾਨੂੰ ਲੱਗ ਰਿਹਾ ਹੁੰਦਾ ਕਿ ਇਹਦਾ ਵੀਜ਼ਾ ਆਉਣ ਦੇ ਚਾਂਸਿਸ ਵਧੀਆ ਹੈਗੇ ਨੇ। ਇਹ ਨਹੀਂ ਹੈਗਾ ਕਿ ਕਿਸੇ ਵੀ ਵੀਜ਼ੇ ਦੀ ਆਪਾਂ ਨੂੰ ਗਰੰਟੀ ਹੁੰਦੀ ਹੈ, ਕਿਸੇ ਹੋਰ ਨੂੰ ਗਰੰਟੀ ਹੁੰਦੀ ਹੈ ਕਿ ਗਰੰਟੀ ਨਾਲ ਵੀਜ਼ੇ ਲੱਗਦੇ ਨੇ। ਕਦੇ ਵੀ ਤੁਹਾਡਾ ਵੀਜ਼ਾ ਜਿਹੜਾ ਉਹ ਗਰੰਟੀ ਦੇ ਸਿਰ 'ਤੇ ਨਹੀਂ ਲੱਗ ਸਕਦਾ, ਕਿਉਂਕਿ ਵੀਜ਼ਾ ਲਗਾਉਣ ਦੀ ਗਰੰਟੀ ਸਿਰਫ ਤੁਹਾਨੂੰ ਇੱਕ ਫਰੋਡ ਪਰਸਨ ਦੇ ਸਕਦਾ। ਇਹ ਨਹੀਂ ਕਿ ਕੋਈ ਵੀ ਆਪਣੇ ਕੋਲ ਕੋਈ ਗਰੰਟੀ ਤੁਹਾਨੂੰ ਲਿਖ ਕੇ ਦੇ ਦਿਆਂ ਵੈਸੇ ਵਰਬਲੀ ਕਹਿ ਦੇ ਕਿ ਸਾਡੇ ਵੱਲੋਂ 100% ਵੀਜ਼ਾ ਲੱਗੂਗਾ, ਤੁਹਾਡਾ ਵੀਜ਼ਾ ਲੱਗ ਜਾਊਗਾ। ਤੁਹਾਡੀ ਪ੍ਰੋਫਾਈਲ ਜੇਕਰ ਵਧੀਆ, ਤੁਹਾਡੇ ਡਾਕੂਮੈਂਟਸ ਜੇਕਰ ਕੰਪਲੀਟ ਨੇ, ਤੁਹਾਡੇ ਐਜੂਕੇਸ਼ਨ ਦੇ ਜਿਹੜੇ ਨੰਬਰ ਨੇ ਉਹ ਵਧੀਆ ਨੇ, ਤੁਹਾਡਾ ਆਇਲਸ ਦਾ ਸਕੋਰ ਕੰਪਲੀਟ ਹੈ, ਤਾਂ ਤੁਹਾਡਾ ਵੀਜ਼ਾ ਸਟੂਡੈਂਟ ਦੀ ਆਪਣੀ ਪ੍ਰੋਫਾਈਲ 'ਤੇ ਲੱਗਣਾ, ਕਿਸੇ ਏਜੰਟ ਜਾਂ ਕੰਸਲਟੈਂਟ ਦੀ ਪ੍ਰੋਫਾਈਲ ਦੇਖ ਕੇ ਕਦੇ ਵੀ ਵੀਜ਼ਾ ਨਹੀਂ ਲੱਗਦੇ। ਦੂਜੀ ਗੱਲ ਹੈ ਕਿ ਜਿਹੜੇ ਆਪਾਂ ਗਰੰਟੀ ਦੀ ਗੱਲ ਕਰੀਏ, ਅੰਬੈਸੀ ਅਫਸਰ ਨੇ ਵੀਜ਼ਾ ਦੇਣਾ ਹੁੰਦਾ ਐਟ ਦੀ ਐਂਡ ਜਦੋਂ ਫਾਈਲ ਅੰਬੈਸੀ 'ਚ ਪਹੁੰਚ ਜਾਂਦੀ ਹੈ। ਉਸ ਤੋਂ ਬਾਅਦ ਨਾ ਮੈਂ ਤੁਹਾਨੂੰ ਕੋਈ ਦੱਸ ਸਕਦਾ, ਨਾ ਤੁਸੀਂ ਖੁਦ ਸਰਚ ਇੱਦਾਂ ਕਰ ਸਕਦੇ ਹੋ ਕਿ ਵੀਜ਼ਾ ਆਊਗਾ ਜਾਂ ਰਿਫਿਊਜ਼ਲ ਆਊਗੀ, ਉਹ ਸਿਰਫ ਰਿਜ਼ਲਟ ਆਉਣ 'ਤੇ ਪਤਾ ਲੱਗ ਸਕਦਾ। ਦੂਜੇ ਪਾਸੇ ਆਪਾਂ ਉਹ ਚੀਜ਼ਾਂ ਦੇਖਦੇ ਹਾਂ ਕਿ ਇੱਕ ਸਟੂਡੈਂਟ ਨੂੰ ਪਤਾ ਕੀ ਹੋਣਾ ਚਾਹੀਦਾ, ਕਿ ਮੈਂ ਐਲੀਜੀਬਲ ਕਿਵੇਂ ਹਾਂ, ਮੈਨੂੰ ਕੀ ਜ਼ਰੂਰੀ ਡਾਕੂਮੈਂਟ ਚਾਹੀਦੇ ਨੇ, ਕੀ ਮੇਰਾ ਸਕੋਰ ਚਾਹੀਦਾ ਆਇਲਸ ਦੇ ਵਿੱਚ ਜਾਂ PT ਦੇ ਵਿੱਚ, ਜਾਂ ਮੇਰੇ ਕਿੰਨੀ ਕੁ ਪਰਸੈਂਟੇਜ ਚਾਹੀਦੇ, ਚਾਹੇ ਉਹ ਬੱਚਾ +2 ਹੈ, ਚਾਹੇ ਗ੍ਰੈਜੂਏਟ ਹੈ, ਚਾਹੇ ਉਸ ਬੱਚੇ ਨੇ ਮਾਸਟਰਸ ਕੀਤੀ ਹੋਈ ਹੈ। ਸਭ ਤੋਂ ਪਹਿਲਾਂ ਆਪਾਂ ਪ੍ਰੀਤ ਜੀ ਗੱਲ ਕਰਾਂਗੇ, ਜਿਹੜੇ ਬੱਚਿਆਂ ਨੇ +2 ਪਾਸ ਆਊਟ ਨੇ, ਚਾਹੇ ਬੱਚੇ 18 ਪਾਸ ਆਊਟ ਨੇ, 17 ਪਾਸ ਆਊਟ ਨੇ, ਜਾਂ ਜੇਕਰ ਕੋਈ ਇਸ ਤੋਂ ਪੁਰਾਣਾ ਪਾਸ ਆਊਟ ਹੈਗਾ, ਕੋਈ 15, 16 ਜਾਂ 14 ਪਾਸ ਆਊਟ ਹੈ, ਜਾਂ ਕਿਸੇ ਦਾ 2-4 ਸਾਲ 5 ਸਾਲ ਦਾ ਗੈਪ ਹੈ, ਉਹਨਾਂ ਕੋਲ ਗੈਪ ਦਾ ਐਵੀਡੈਂਸ ਹੈਗਾ, ਤਾਂ ਉਹ ਬੱਚੇ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਨੇ। ਪਰਸੈਂਟੇਜ ਜਿਹੜੀ ਹੈ ਘੱਟੋ ਘੱਟ, ਜੇਕਰ ਤੁਸੀਂ ਡਿਪਲੋਮਾ ਕੋਰਸਿਸ ਦੇ ਵਿੱਚ ਇੰਡੀਆ ਤੋਂ ਐਡਮਿਸ਼ਨ ਲੈਣਾ, ਸਰਟੀਫਿਕੇਟ 4, ਸਰਟੀਫਿਕੇਟ 3 ਅਤੇ ਡਿਪਲੋਮਾ ਦੇ ਵਿੱਚ ਐਡਮਿਸ਼ਨ ਲੈਣਾ, ਤਾਂ ਤੁਹਾਡੇ ਘੱਟੋ ਘੱਟ ਜਿਹੜੇ ਬੈਂਡ ਸਕੋਰ ਹੈ 5.5 ਚਾਹੀਦੇ ਨੇ, ਈਚ ਮੋਡਿਊਲ ਤੁਹਾਡਾ ਸਕੋਰ ਹੈ ਜਿਹੜਾ ਉਹ 5 ਹੋਣਾ ਚਾਹੀਦਾ। ਦੂਜੇ ਪਾਸੇ ਤੁਹਾਡੀ ਜਿਹੜੀ ਪਰਸੈਂਟੇਜ ਆਪਾਂ ਗੱਲ ਕਰੀਏ ਤਾਂ 55% ਮਿਨੀਮਮ ਹੋਣੀ ਚਾਹੀਦੀ ਹੈ ਮੇਨ ਸਬਜੈਕਟ ਦੇ ਵਿੱਚ ਔਰ ਕੋਰ ਸਬਜੈਕਟ ਦੇ ਵਿੱਚ। ਇਸ ਤੋਂ ਬਾਅਦ ਮੈਂ ਇੱਕ ਬੱਚੇ ਨੂੰ ਪ੍ਰੋਸੈਸ ਵੀ ਜ਼ਰੂਰ ਦੱਸਣਾ ਚਾਹੂੰਗਾ, ਕਿਉਂਕਿ ਕਾਫੀ ਬੱਚਿਆਂ ਨੂੰ ਇੱਥੇ ਪ੍ਰੋਸੈਸ ਨਹੀਂ ਕਲੀਅਰ ਹੁੰਦਾ ਕਿ ਸਾਡਾ ਪ੍ਰੋਸੈਸ ਕੀ ਹੁੰਦਾ ਹੈ। ਬੱਚੇ ਨੂੰ ਹੁੰਦਾ ਕਿ ਮੈਂ ਆਪਣਾ ਡਾਕੂਮੈਂਟ ਜਮ੍ਹਾਂ ਕਰਵਾਤੇ, ਇਸ ਤੋਂ ਬਾਅਦ ਮੇਰਾ ਆਫਰ ਲੈਟਰ ਆ ਜਾਣਾ, ਤਾਂ ਮੈਂ ਆਸਟ੍ਰੇਲੀਆ ਜਾਂ ਕੈਨੇਡਾ ਕਿਸੇ ਵੀ ਕੰਟਰੀ ਚਲੇ ਜਾਣਾ। ਕੋਈ ਵੀ ਬੱਚਾ ਜਦੋਂ ਆਸਟ੍ਰੇਲੀਆ ਅਪਲਾਈ ਕਰਦਾ, ਸਭ ਤੋਂ ਪਹਿਲਾਂ ਤੁਹਾਡੇ ਆਫਰ ਲੈਟਰ ਲਈ ਅਪਲਾਈ ਕੀਤਾ ਜਾਂਦਾ। ਆਫਰ ਲੈਟਰ ਆਉਣ ਤੋਂ ਬਾਅਦ ਬੱਚੇ ਦੀ ਜਿਹੜੀ ਫੰਡਿੰਗ ਹੈ ਕਾਲਜ ਯੂਨੀਵਰਸਿਟੀ ਵੱਲ ਭੇਜੀ ਜਾਂਦੀ ਹੈ, ਉਹਨਾਂ ਵੱਲੋਂ ਚੈੱਕ ਕੀਤੀ ਜਾਂਦੀ ਹੈ ਪ੍ਰੋਪਰ। ਜਦੋਂ ਕਨਫਰਮੇਸ਼ਨ ਹੋ ਜਾਂਦੀ ਹੈ, ਉਸ ਤੋਂ ਬਾਅਦ ਯੂਨੀਵਰਸਿਟੀ ਜਾਂ ਕਾਲਜ ਆਪਾਂ ਨੂੰ ਫੀਸ ਦੀ ਆਪਸ਼ਨ ਦਿੰਦਾ ਕਿ ਤੁਸੀਂ ਫੀਸ ਪੇ ਕਰ ਦਿਓ। ਜਦੋਂ ਅਸੀਂ ਫੀਸ ਪੇ ਕਰਦੇ ਹਾਂ ਕਿਸੇ ਕਾਲਜ ਯੂਨੀਵਰਸਿਟੀ ਦੀ, ਆਫਟਰ ਦੈਟ ਕਨਫਰਮੇਸ਼ਨ ਆਫ ਅਨਰੋਲਮੈਂਟ ਇਸ਼ੂ ਹੁੰਦੀ ਹੈ, ਜਿਹਨੂੰ ਆਪਾਂ COE ਵੀ ਕਹਿ ਦਿੰਦੇ ਹਾਂ। COE ਇਸ਼ੂ ਹੋਣ ਤੋਂ ਬਾਅਦ ਇੱਕ ਬੱਚਾ ਅੰਬੈਸੀ ਦੇ ਵਿੱਚ ਫਾਈਲ ਲਗਾ ਸਕਦਾ। ਫਾਈਲ ਮੈਕਸੀਮਮ ਜਿਹੜੀਆਂ ਫਾਈਲਸ ਨੇ ਆਸਟ੍ਰੇਲੀਆ ਦੇ ਲਈ ਉਹ ਆਨਲਾਈਨ ਫਿਲਅਪ ਹੁੰਦੀਆਂ ਨੇ। ਦੂਜੇ ਪਾਸੇ ਆਪਾਂ ਗੱਲ ਕਰੀਏ ਉਹਨਾਂ ਬੱਚਿਆਂ ਦੇ ਜਿਹੜੇ ਹੈ ਤਾਂ +2 ਪਾਸ, ਪਰ ਜਿਨ੍ਹਾਂ ਦੇ ਬੈਂਡ 6 ਨੇ, ਪਰਸੈਂਟੇਜ 60 ਹੈਗੀ ਈਚ ਮੇਨ ਸਬਜੈਕਟ ਦੇ ਵਿੱਚ, ਕੋਰ ਸਬਜੈਕਟ ਦੇ ਵਿੱਚ 55% ਹੈਗੀ, ਉਹਨਾਂ ਬੱਚਿਆਂ ਕੋਲ ਦੋ ਆਪਸ਼ਨ ਨੇ। ਸਭ ਤੋਂ ਪਹਿਲਾ ਆਪਸ਼ਨ ਹੈ ਡਿਪਲੋਮਾ ਲੀਡਿੰਗ ਟੂ ਡਿਗਰੀ, ਯਾਨੀ ਕਿ ਬੱਚਾ ਪਹਿਲਾਂ ਡਿਪਲੋਮਾ ਕੋਰਸਿਸ ਜਾਊਗਾ। ਇਗਜ਼ਾਮਪਲ ਦੇ ਤੌਰ 'ਤੇ ਜਿਹੜਾ ਬੱਚਾ ਹੋਟਲ ਮੈਨੇਜਮੈਂਟ ਦੀ ਸਟੱਡੀ ਲਈ ਜਾ ਰਿਹਾ, ਪਹਿਲਾਂ ਉਹ ਡਿਪਲੋਮਾ ਆਫ ਹੋਟਲ ਮੈਨੇਜਮੈਂਟ ਜਾਊਗਾ ਕਿਸੇ ਕਾਲਜ ਦੇ ਵਿੱਚ, ਜਿਹੜਾ ਕਾਲਜ ਕਿਸੇ ਚੰਗੀ ਯੂਨੀਵਰਸਿਟੀ ਦੇ ਅੰਡਰ, ਚੰਗੇ ਇੱਕ ਇੰਸਟੀਟਿਊਸ਼ਨ ਦੇ ਅੰਡਰ ਆਉਂਦਾ। ਉੱਥੇ ਬੱਚਾ 1 ਸਾਲ ਪੜ੍ਹਾਈ ਕਰਨ ਤੋਂ ਬਾਅਦ ਸੈਕਿੰਡ ਈਅਰ ਜਿਹੜਾ ਬੱਚੇ ਦੀ ਸਟੱਡੀ ਦੇ ਹੋਊਗਾ, ਡਾਇਰੈਕਟ ਡਿਗਰੀ ਦੇ ਵਿੱਚ ਡਾਇਰੈਕਟ ਸੈਕਿੰਡ ਈਅਰ ਐਡਮਿਸ਼ਨ ਹੋਊਗਾ, ਉਹ ਬੱਚਾ ਫਰਦਰ ਸਟੱਡੀ ਆਪਣੀ ਡਿਗਰੀ ਨਾਲ ਕੰਪਲੀਟ ਕਰੂਗਾ। ਆਫਟਰ ਦੈਟ ਬੱਚਾ ਵਰਕ ਫਰਮ ਇੰਡੀਆ ਜੋਬ ਸਰਚ ਵੀਜ਼ਾ ਬੱਚੇ ਨੂੰ ਉੱਥੇ ਇਸ਼ੂ ਹੋਊਗਾ। ਦੂਜੇ ਪਾਸੇ ਆਪਾਂ ਗੱਲ ਕਰਾਂਗੇ ਹੁਣ ਜਿਹੜੇ ਗ੍ਰੈਜੂਏਟ ਸਟੂਡੈਂਟ ਨੇ, ਉਹਨਾਂ ਦੇ ਬੈਂਡ, ਉਹਨਾਂ ਨੂੰ ਇੱਕ ਬਹੁਤ ਹੋਇਆ ਕਿ ਸਾਡੇ ਬੈਂਡ 6 ਚਾਹੀਦੇ ਨੇ, 5.5 ਚਾਹੀਦੇ ਨੇ, 6.5 ਚਾਹੀਦੇ ਨੇ। ਗ੍ਰੈਜੂਏਟ ਬੱਚਾ ਜਿਹੜਾ, ਜਿਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਚਾਹੇ 10 ਸਾਲ ਦਾ ਗੈਪ ਹੈ, ਚਾਹੇ 12 ਸਾਲ ਦਾ ਗੈਪ ਹੈ, ਚਾਹੇ ਫਰੈਸ਼ ਪਾਸ ਆਊਟ ਹੈ ਤੁਹਾਡਾ, ਤੁਸੀਂ ਬਿਲਕੁਲ ਆਸਟ੍ਰੇਲੀਆ ਲੀਜੀ ਵੱਲੋਂ 6 ਬੈਂਡ ਦੇ ਨਾਲ ਪਰਸੈਂਟੇਜ ਤੁਹਾਡੀ 60 ਘੱਟੋ ਘੱਟ ਹੋਣੀ ਚਾਹੀਦੀ ਹੈ। 6 ਬੈਂਡ ਹੋਣਗੇ, ਨੋਟ ਲੈਸ ਦੈਨ 5.5 ਹੋਣਗੇ। 1 ਜਾਂ 2 ਮੋਡਿਊਲ ਦੇ ਵਿੱਚ ਜੇਕਰ ਤੁਹਾਡੇ 5.5 ਬੈਂਡ ਨੇ ਤਾਂ ਤੁਸੀਂ ਲੀਜੀ ਵੱਲੋਂ, ਜੇਕਰ
ਘੱਟੋ ਘੱਟ 6.5 ਬੈਂਡ ਚਾਹੀਦਾ, ਨੋਟ ਲੈਸ ਦੈਨ 6 ਚਾਹੀਦਾ ਈਚ ਮੋਡਿਊਲ ਦੇ ਵਿੱਚ। ਗੈਪ ਮੈਂ ਫਿਰ ਦੱਸਣਾ ਚਾਹੂੰਗਾ, ਕੋਈ ਮੈਟਰ ਨਹੀਂ ਕਰਦਾ, ਤੁਹਾਡੇ ਕੋਲ ਜਸਟ ਇੱਕ ਜਸਟੀਫਿਕੇਸ਼ਨ ਹੋਣੀ ਚਾਹੀਦੀ ਤੁਸੀਂ ਗੈਪ ਦੇ ਦੌਰਾਨ ਕੀ ਕੀਤਾ, ਕਿਤੇ ਜੋਬ ਕੀਤੀ ਹੈ, ਸੈਲਰੀ ਤੁਹਾਡੇ ਅਕਾਊਂਟ 'ਚ ਹੈ, ਸੈਲਰੀ ਕੈਸ਼ ਹੈ, ਇਸਦਾ ਕੋਈ ਇਸ਼ੂ ਨਹੀਂ ਹੈਗਾ, ਸਿਰਫ ਤੁਹਾਡੇ ਅਕਾਊਂਟ 'ਚ ਜਾਂ ਤੁਹਾਡੇ ਕੈਸ਼ ਸੈਲਰੀ ਦੇ ਪਰੂਫ ਹੋਣੇ ਚਾਹੀਦੇ ਕਿ ਤੁਹਾਨੂੰ ਸੈਲਰੀ ਮਿਲੀ ਹੈ, ਕਦੋਂ ਕਿਵੇਂ ਮਿਲੀ ਹੈ, ਪ੍ਰੋਪਰ ਐਕਸਪੀਰੀਅੰਸ ਲੈਟਰ ਹੋਣਾ ਚਾਹੀਦਾ ਜਿਹੜਾ ਵੈਰੀਫਾਈਏਬਲ ਹੋਵੇ, ਤਾਂ ਕਿ ਜੇ ਐਮਬੈਸੀ ਜਾਂ ਯੂਨੀਵਰਸਿਟੀ ਕੱਲ੍ਹ ਨੂੰ ਕਾਲ ਕਰੇ ਤਾਂ ਵੈਰੀਫਿਕੇਸ਼ਨ ਹੋ ਸਕੇ। ਐਮਬੀਏ ਤੋਂ ਬਾਅਦ ਬੱਚੇ ਮਾਸਟਰ ਆਫ ਜਿਹੜੀ ਫਾਈਨਾਂਸ ਹੈ ਉੱਚ ਵੀ ਜਾ ਸਕਦੇ ਆ, ਐਚਆਰ 'ਚ ਜਾ ਸਕਦੇ ਆ, ਬੱਚਿਆਂ ਕੋਲ ਕਾਫੀ ਅੱਗੇ ਐਮਬੀਏ ਤੋਂ ਬਾਅਦ ਵੀ ਆਪਸ਼ਨ ਨੇ, ਐਮਕਾਮ ਤੋਂ ਬਾਅਦ ਵੀ ਆਪਸ਼ਨ ਨੇ, ਪਰ ਸਿਰਫ ਔਰ ਸਿਰਫ 6.5 ਬੈਂਡ ਨੋਟ ਲੈਸ ਦੈਨ 6 ਤੁਹਾਡੇ ਹੈਗੇ ਨੇ, ਤਾਂ ਤੁਸੀਂ ਮਾਸਟਰਸ ਤੋਂ ਬਾਅਦ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ ਜੀ, ਸੋ ਆਈ ਹੋਪ ਕਿ ਪੂਰਾ ਕਲੀਅਰ ਹੋ ਗਿਆ ਹੋਵੇਗਾ, ਜਿਵੇਂ ਕਿ ਜਤਿੰਦਰ ਜੀ ਨੇ ਪਲੱਸ 2 ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਪੂਰਾ ਪ੍ਰੋਸੈਸ ਜਿਹੜਾ ਉਹ ਤੁਹਾਨੂੰ ਸਮਝਾ ਦਿੱਤਾ ਹੈ। ਹੋਰ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਆਫਿਸ ਦੇ ਵਿੱਚ ਆ ਸਕਦੇ, ਆਫਿਸ ਦਾ ਐਡਰੈਸ ਫਲੈਸ਼ ਹੋ ਰਿਹਾ, ਫੋਨ ਨੰਬਰ ਫਲੈਸ਼ ਹੋ ਰਹੇ ਨੇ, ਨੰਬਰ ਤੇ ਕਾਲ ਕਰੋ, ਅਪੁਆਇੰਟਮੈਂਟ ਫਿਕਸ ਕਰੋ ਤੇ ਆਫਿਸ ਦੇ ਵਿੱਚ ਆ ਕੇ ਵਿਜ਼ਿਟ ਕਰੋ। ਸੋ ਹੁਣ ਜੋ ਇਹ ਤਾਂ ਪ੍ਰੋਸੈਸ ਦੀ ਗੱਲ ਹੋਈ ਤੇ ਹੁਣ ਮੇਨ ਗੱਲ ਆ ਜਾਂਦੀ ਫੰਡਸ ਦੀ, ਤੇ ਫੰਡਸ ਕਿੰਨੇ ਕੁ ਚਾਹੀਦੇ ਨੇ ਸਟੂਡੈਂਟਸ ਨੂੰ? ਫੰਡ ਨੂੰ ਲੈ ਕੇ ਮੈਂ ਦੱਸਣਾ ਚਾਹੂੰਗਾ ਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਸਟੂਡੈਂਟ ਨੂੰ ਇੱਕ ਇਹੀ ਬੜੀ ਇੱਥੇ ਡਿਫਿਕਲਟੀ ਆਉਂਦੀ ਹੈ, ਇਹੀ ਸਮਝਣ ਨੂੰ ਬਹੁਤ ਟਾਈਮ ਲੱਗਦਾ ਕਿ ਆਸਟ੍ਰੇਲੀਆ 'ਚ ਫੰਡ ਦੀ ਰਿਕੁਆਇਰਮੈਂਟ ਹੈਗੀ ਜਾਂ ਨਹੀਂ ਹੈਗੀ। ਮੈਂ ਬੱਚਿਆਂ ਨੂੰ ਇੱਥੇ ਇੱਕ ਗੱਲ ਜ਼ਰੂਰ ਦੱਸਣਾ ਚਾਹੂੰਗਾ ਕਿ ਤੁਸੀਂ ਜਿਹੜੀ ਆਸਟ੍ਰੇਲੀਆ ਦੀ ਆਫੀਸ਼ੀਅਲ ਵੈਬਸਾਈਟ ਹੈ ਇਮੀਗ੍ਰੇਸ਼ਨ ਦੀ, ਉਹਦੇ ਉੱਤੇ ਜਾ ਕੇ ਵੀ ਸਰਚ ਕਰ ਸਕਦੇ ਹੋ ਕਿ ਸਟੂਡੈਂਟ ਵੀਜ਼ਾ ਦੇ ਵਿੱਚ ਸਾਨੂੰ ਗੈਟ ਆਲ ਵੀਜ਼ਾ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ। 500 ਸਬ ਕਲਾਸ ਹੈ ਜਿਹੜੀ, ਜਿਹਨੂੰ ਆਪਾਂ SSVF ਕਹਿ ਦਿੰਦੇ ਹਾਂ, 500 ਸਬ ਕਲਾਸ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਐਲੀਜੀਬਿਲਿਟੀ ਟੂਲ ਦੇ ਵਿੱਚ। ਉਹਦੇ ਵਿੱਚ ਤੁਹਾਨੂੰ ਕਲੀਅਰ ਕੱਟ ਲਿਖਿਆ ਹੋਊਗਾ ਕਿ ਤੁਹਾਨੂੰ ਉੱਥੇ ਰਹਿਣ ਦੇ ਲਈ 1 ਸਾਲ ਦਾ ਲਿਵਿੰਗ ਐਕਸਪੈਂਸ ਚਾਹੀਦਾ, ਕਾਲਜ ਦੀ 1 ਈਅਰ ਦੀ ਫੀਸ ਚਾਹੀਦੀ ਹੈ, ਯੂਨੀਵਰਸਿਟੀ 1 ਸਾਲ ਦੀ ਫੀਸ ਚਾਹੀਦੀ ਹੈ, 1 ਸਾਲ ਦਾ ਤੁਹਾਡਾ, ਉਸ ਤੋਂ ਇਲਾਵਾ ਤੁਹਾਨੂੰ ਰਿਟਰਨ ਏਅਰਫੇਅਰ ਚਾਹੀਦਾ, ਤੁਹਾਡੇ ਆਉਣ ਦੀ ਟਿਕਟ, ਤੁਹਾਡੇ ਜਾਣ ਦੀ ਟਿਕਟ। ਇੰਨੇ ਕੁ ਫੰਡਿੰਗ ਮਿਲਾ ਕੇ ਜੇ ਆਪਾਂ ਗੱਲ ਕਰੀਏ ਅਪਰੋਕਸੀਮੇਟਲੀ ਕਾਲਜ ਦੇ ਵਿੱਚ ਜਿਹੜੀ ਗੱਲ ਕਰੀਏ 20 ਤੋਂ 25 ਲੱਖ ਹੁੰਦੀ ਹੈ, ਯੂਨੀਵਰਸਿਟੀ ਦੀ ਗੱਲ ਕਰੀਏ ਤਾਂ 25 ਤੋਂ 30 ਲੱਖ ਹੁੰਦੀ ਹੈ, ਪਰ ਜੇ ਇਹਦੇ ਵਿੱਚ ਆਪਾਂ ਸਪਾਊਸ ਦੀ ਗੱਲ ਕਰੀਏ ਤੁਹਾਡੀ ਉਹ 30 ਤੋਂ 35 ਲੱਖ ਤੱਕ ਹੁੰਦੀ ਹੈ, ਕਿਉਂਕਿ ਸਪਾਊਸ ਦੇ ਜਿਹੜੇ ਲਿਵਿੰਗ ਐਕਸਪੈਂਸ ਨੇ ਉਹ ਐਕਸਟਰਾ ਸ਼ੋਅ ਹੁੰਦੇ ਨੇ। ਇਸ ਕਰਕੇ ਜਦੋਂ ਕੋਈ ਵੀ ਬੱਚਾ ਅਪਲਾਈ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਇਹ ਚੀਜ਼ਾਂ ਚੈੱਕ ਕਰਿਆ ਕਰੋ। ਕੋਈ ਵੀ ਕੰਸਲਟੈਂਟ ਇਹ ਵੀ ਕਹਿ ਦਿੰਦੇ ਨੇ ਕਿ ਤੁਹਾਨੂੰ ਫੰਡਿੰਗ ਦੀ ਬਿਲਕੁਲ ਜ਼ਰੂਰਤ ਨਹੀਂ, ਤੁਸੀਂ ਬਿਨਾਂ ਫੰਡਾਂ ਤੋਂ ਆਸਟ੍ਰੇਲੀਆ ਜਾ ਸਕਦੇ ਹੋ, ਨਵੇਂ ਪੁਰਾਣੇ ਫੰਡ ਦੀ ਕੋਈ ਦਿੱਕਤ ਨਹੀਂ ਹੈਗੀ। ਇੱਥੇ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੂੰਗਾ, ਜਿਹੜੇ ਬੱਚੇ ਬਿਨਾਂ ਫੰਡ ਤੋਂ ਜਾ ਸਕਦੇ ਨੇ ਉਹਨਾਂ ਦੇ ਲਈ ਕੋਈ ਸ਼ਰਤਾਂ ਨੇ। ਜੇਕਰ ਤੁਹਾਡੇ ਮਦਰ ਫਾਦਰ ਦੀ ਤੁਹਾਡੀ ਜਿਹੜੀ ਫੈਮਿਲੀ ਦੀ ਇਨਕਮ ਹੈ ਉਹ ਈਅਰਲੀ ਇਨਕਮ 30 ਲੱਖ ਹੈਗੀ ਹੈ, ਯਾਨੀ ਕਿ 30 ਲੱਖ ਤੁਸੀਂ ਤੁਹਾਨੂੰ ਸਲਾਨਾ ਇਨਕਮ ਹੈਗੀ ਹੈ, ਤੁਹਾਡੇ ਕੋਲ ਉਹਦੀ ਇਨਕਮ ਟੈਕਸ ਰਿਟਰਨ ਹੈਗੇ ਨੇ, ਤੁਹਾਡੇ ਕੋਲ ਉਹਦੇ ਪਰੂਫ ਹੈਗੇ ਨੇ, ਤਾਂ ਤੁਹਾਨੂੰ ਆਪਣੇ ਬੈਂਕ ਦੇ ਅਕਾਊਂਟ ਵਿੱਚ ਕੁਝ ਵੀ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਡਾਇਰੈਕਟਲੀ ਵਿਦਆਊਟ ਫੰਡ ਸ਼ੋਅ ਕੀਤੇ ਉਹਨਾਂ ITR ਦੇ ਬੇਸ 'ਤੇ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਦੂਜੇ ਪਾਸੇ ਜਿਹੜੇ ਬੱਚਿਆਂ ਕੋਲ ਸੋਰਸ ਆਫ ਇਨਕਮ 8-10 ਲੱਖ ਦਾ 15 ਲੱਖ ਦਾ, ਉਹ ਬੱਚੇ ITR ਫਿਲ ਕਰ ਰਹੇ ਨੇ ਪ੍ਰੋਪਰ, ਜਾਂ ਜਿਹੜੇ ਐਗਰੀਕਲਚਰ ਉਹਨਾਂ ਕੋਲ ਐਗਰੀਕਲਚਰ ਇਨਕਮ ਸਰਟੀਫਿਕੇਟ ਹੈਗੇ ਨੇ, ਕੋਈ ਡੈਰੀ ਫਾਰਮਿੰਗ ਕਰਦਾ ਉਹਨਾਂ ਕੋਲ ਡੈਰੀ ਫਾਰਮ ਦੇ ਸਰਟੀਫਿਕੇਟ ਹੈਗੇ ਨੇ, ਪ੍ਰੋਪਰ ਤੁਹਾਡੇ ਕੋਲ ਜਸਟੀਫਿਕੇਸ਼ਨ ਪਰੂਫ ਹੈਗੇ ਨੇ ਤੁਹਾਡੀ ਇਨਕਮ ਦੇ, ਅਤੇ ਤੁਸੀਂ ਜਿਹੜੇ ਫੰਡ ਨੇ ਉਹ 3 ਮੰਥ ਪੁਰਾਣੇ ਸ਼ੋਅ ਕਰਨੇ ਨੇ। ਜੇ ਉਹਦੇ ਨਾਲ ਆਪਾਂ ਨੂੰ ਕੋਈ ਐਵੀਡੈਂਸ ਨਹੀਂ ਚਾਹੀਦਾ ਕਿ ਫੰਡ ਕਿੱਥੋਂ ਆਏ ਕਿਵੇਂ, ਜਸਟ ਆਪਣੀ 3 ਮੰਥ ਪੁਰਾਣੀ ਜਿਹੜੀ ਸਟੇਟਮੈਂਟ ਹੈ ਕੋਈ FD ਆਪਾਂ ਐਜ਼ ਇਟ ਇਜ਼ ਸ਼ੋਅ ਕਰ ਸਕਦੇ ਹਾਂ। ਦੂਜੇ ਪਾਸੇ ਚੀਜ਼ ਆਉਂਦੀ ਹੈ ਕਿ ਜਿਹੜੇ ਬੱਚਿਆਂ ਦੇ ਨਵੇਂ ਫੰਡ ਨੇ ਉਹ ਕਿਸ ਤਰ੍ਹਾਂ ਸ਼ੋਅ ਕਰ ਸਕਦੇ ਨੇ। ਨਵੇਂ ਫੰਡਾਂ ਦੇ ਵਿੱਚ ਮੈਂ ਗੱਲ ਕਰਾਂ, ਜੇਕਰ ਬੱਚਿਆਂ ਦੇ ਕੋਲ ਐਵੀਡੈਂਸ ਹੈਗਾ, ਆਪਾਂ ਕੋਈ ਘਰ ਵੇਚਿਆ ਜਾਂ ਕੋਈ ਪਲਾਟ ਸੀ ਆਪਣਾ ਜਾਂ ਆਪਣੇ ਕੋਲ ਕੋਈ ਗੱਡੀ ਸੀ, ਕਿਉਂਕਿ ਇਹੋ ਜਿਹੀ ਚੀਜ਼ ਜਿਹੜੀ ਆਪਾਂ ਸੇਲ ਪਰਚੇਸ 'ਚ ਯੂਜ਼ ਕੀਤੀ ਹੈ, ਆਪਣੇ ਕੋਲ ਪ੍ਰੋਪਰ ਉਹਦੇ ਐਫੀਡੈਵਿਟ ਹੈਗੇ ਨੇ, ਸੇਲ ਸਰਟੀਫਿਕੇਟ ਹੈਗੇ ਨੇ, ਤਾਂ ਆਪਾਂ ਨਵੇਂ ਫੰਡ ਵੀ ਸ਼ੋਅ ਕਰ ਸਕਦੇ ਹਾਂ। ਜਿਹੜੇ ਬੱਚੇ ਆਫਟਰ ਪਲੱਸ 2 ਡਾਇਰੈਕਟਲੀ ਡਿਗਰੀ ਦੇ ਲਈ ਕਾਲਜ 'ਚ ਜਾਂਦੇ, ਯੂਨੀਵਰਸਿਟੀ ਜਾਂਦੇ ਨੇ, ਜਾਂ ਜਿਹੜੇ ਬੱਚੇ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਡਿਗਰੀ ਲਈ ਜਾਂਦੇ ਨੇ, ਮਾਸਟਰ ਵਾਲੇ ਜਿਹੜੇ ਬੱਚੇ ਅੱਗੇ ਪੜ੍ਹਾਈ ਕਰਨ ਦੇ ਲਈ ਜਾਂਦੇ ਨੇ, ਉਹਨਾਂ ਬੱਚਿਆਂ ਕੋਲ ਇਹ ਵੀ ਬਹੁਤ ਵਧੀਆ ਆਪਸ਼ਨ ਹੈ ਕਿ ਜੇਕਰ ਤੁਸੀਂ ਡਿਗਰੀ ਦੇ ਵਿੱਚ ਡਾਇਰੈਕਟਲੀ ਜਾ ਰਹੇ ਹੋ ਤਾਂ ਤੁਸੀਂ ਇੱਕ ਐਜੂਕੇਸ਼ਨ ਲੋਨ ਲੈਟਰ ਵੀ ਸੈਂਕਸ਼ਨ ਕਰਾ ਸਕਦੇ ਹੋ, ਐਜੂਕੇਸ਼ਨ ਲੋਨ ਸੈਂਕਸ਼ਨ ਕਰਾ ਸਕਦੇ ਹੋ ਕਿਸੇ ਵੀ ਮਨਜ਼ੂਰਸ਼ੁਦਾ ਬੈਂਕ ਦੇ ਕੋਲੋਂ। ਉਹਦੇ ਲਈ ਤੁਹਾਨੂੰ ਜਿਹੜੀ ਇੱਕ ਅਲੱਗ ਅਲੱਗ ਉਹਨਾਂ ਦੀ ਬੈਂਕਸ ਦੀ ਸ਼ਰਤਾਂ ਨੇ। ਐਜੂਕੇਸ਼ਨ ਲੋਨ ਦੀ ਮੈਂ ਇੱਥੇ ਇੱਕ ਗੱਲ ਜ਼ਰੂਰ ਕਲੀਅਰ ਕਰੂੰਗਾ, ਐਜੂਕੇਸ਼ਨ ਲੋਨ ਹਮੇਸ਼ਾ ਕਰੰਟ ਦਾ ਹੁੰਦਾ, ਐਜੂਕੇਸ਼ਨ ਲੋਨ ਕਦੇ ਵੀ ਪੁਰਾਣਾ ਨਹੀਂ ਹੁੰਦਾ, ਜਾਂ ਇਹ ਨਹੀਂ ਹੁੰਦਾ ਕਿ 6 ਮੰਥ ਹੋਲਡ ਚਾਹੀਦਾ, 3 ਮੰਥ ਹੋਲਡ ਚਾਹੀਦਾ। ਐਜੂਕੇਸ਼ਨ ਲੋਨ ਹਮੇਸ਼ਾ ਤੁਹਾਡਾ ਨਿਊ ਹੁੰਦਾ, ਉਹ ਤੁਹਾਨੂੰ ਮਿਲ ਕੇ ਈਜ਼ਲੀ ਤੁਸੀਂ ਉਹਦੇ ਉੱਪਰ ਵੀ ਅਪਲਾਈ ਕਰ ਸਕਦੇ ਹੋ। ਦੂਜੇ ਪਾਸੇ ਗੱਲ ਆਉਂਦੀ ਹੈ GPF ਫੰਡਾਂ ਦੀ। ਕਾਫੀ ਸਟੂਡੈਂਟ ਦਾ ਕੁਐਸਚਨ ਹੁੰਦਾ ਕਿ ਸਾਡੇ GPF ਦੀ ਸਟੇਟਮੈਂਟ 'ਚ ਇੰਨੇ ਪੈਸੇ ਪਏ ਆ ਕਿ ਅਸੀਂ ਉਹ ਸ਼ੋਅ ਕਰ ਸਕਦੇ ਹਾਂ, ਤੁਸੀਂ ਬਿਲਕੁਲ ਉਹ ਚੀਜ਼ਾਂ ਸ਼ੋਅ ਕਰ ਸਕਦੇ ਹੋ, ਪਰ GPF ਫੰਡ ਦੀ ਜਿਹੜੀ ਸਟੇਟਮੈਂਟ ਹੈ, GPF ਦੇ ਜਿਹੜੇ ਤੁਹਾਡਾ ਅਕਾਊਂਟ ਹੈਗਾ, ਉਸ ਅਕਾਊਂਟ ਦੇ ਵਿੱਚੋਂ ਜਿਹੜੀ ਤੁਹਾਡੀ ਫੰਡਿੰਗ ਹੈ, ਚਾਹੇ ਉਹ 10 ਲੱਖ ਹੈ ਚਾਹੇ 20 ਲੱਖ ਹੈ, ਜਿੰਨੀ ਵੀ ਫੰਡਿੰਗ ਤੁਹਾਡੇ ਕੋਲ ਪਈ ਆ ਉਹ ਤੁਹਾਨੂੰ ਕਢਵਾ ਕੇ ਆਪਣੇ ਜਿਹੜਾ ਸੇਵਿੰਗ ਅਕਾਊਂਟ ਹੈ ਜਾਂ ਤੁਹਾਡਾ ਜਿਹੜਾ ਸੈਲਰੀ ਅਕਾਊਂਟ ਹੈ ਉਹਦੇ ਵਿੱਚ ਮੂਵ ਕਰਾਉਣੀ ਪਊਗੀ। ਜਿਹੜੀ ਉਹਦੀ ਸਟੇਟਮੈਂਟ ਹੋਊਗੀ ਉਹ ਚੱਲੂਗੀ,
ਐਕਸਪੈਂਸ ਸ਼ੋਅ ਹੁੰਦੇ ਨੇ, ਫੀਸ ਸ਼ੋਅ ਹੁੰਦੀ ਹੈ, ਪਲਸ ਰਿਟਰਨ ਏਅਰ ਫੇਅਰ ਸ਼ੋਅ ਹੁੰਦੀ ਹੈ। ਜਦੋਂ ਆਪਾਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਂਦੇ ਹਾਂ, ਸਪਾਊਸ ਦੀ 1 ਸਾਲ ਦੇ ਲਿਵਿੰਗ ਐਕਸਪੈਂਸ ਅਤੇ ਨਾਲ ਦੀ ਨਾਲ ਉਹਦੇ ਰਿਟਰਨ ਏਅਰ ਫੇਅਰ ਸ਼ੋਅ ਹੁੰਦਾ, ਯਾਨੀ ਕਿ ਜੇ ਆਪਾਂ ਡਿਗਰੀ ਲਈ ਜਾਂਦੇ ਜਿੱਥੇ ਬੱਚੇ ਨੂੰ 35 ਤੋਂ 30 ਲੱਖ ਦੀ ਰਿਕੁਆਇਰਮੈਂਟ, ਉੱਥੇ 30 ਤੋਂ 35 ਲੱਖ ਦੀ ਰਿਕੁਆਇਰਮੈਂਟ ਹੈ। ਜੇਕਰ ਤੁਹਾਡੇ ਬੱਚੇ ਵੀ ਨਾਲ ਨੇ, ਚਾਹੇ 1 ਬੱਚਾ ਜਾਂ 2 ਬੱਚੇ ਨੇ, ਤੁਸੀਂ ਉਹਨਾਂ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ। ਜਿਹੜੀ ਤੁਹਾਡੀ ਰਿਕੁਆਇਰਮੈਂਟ ਆ ਉਹ ਉੱਥੇ ਬੱਚਿਆਂ ਦੇ ਲਿਵਿੰਗ ਐਕਸਪੈਂਸਿਸ ਵੱਧ ਜਾਣਗੇ, ਤੁਹਾਡੀ ਰਿਕੁਆਇਰਮੈਂਟ ਆਲਮੋਸਟ 40 ਤੋਂ 45 ਲੱਖ ਤੱਕ ਦੀ ਵੀ ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਸਪਾਊਸ ਨੂੰ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ, ਸਪਾਊਸ ਦੀ ਐਲੀਜੀਬਿਲਟੀ ਕੀ ਹੈ, ਕਿਵੇਂ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਜਿਹੜਾ ਬੱਚਾ +2 ਪਾਸ ਆਊਟ ਹੈ, ਚਾਹੇ ਉਹਦੇ ਬੈਂਡ 6 ਨੇ, 6.5 ਨੇ, 5.5 ਨੇ, ਉਹਨੂੰ ਮੈਂ ਕਲੀਅਰ ਕੱਟ ਮਨਾ ਕਰਨਾ ਚਾਹੂੰਗਾ ਕਿ ਤੁਸੀਂ ਕਦੇ ਵੀ ਸਪਾਊਸ ਕੇ ਸਪਲਾਈ ਨਾ ਕਰਿਆ ਕੋਈ, ਕਿਉਂਕਿ ਜਿਹੜੀ ਤੁਹਾਡੀ ਰਿਜੈਕਸ਼ਨ ਦਾ ਮੇਨ ਕਾਰਨ ਵੀ ਹੁੰਦਾ ਕਿ ਜਿਹੜਾ ਸਪਾਊਸ ਦੀ ਐਪਲੀਕੇਸ਼ਨ ਨਾਲ ਲਗਾਉਣਾ। ਅਪਰੋਕਸੀਮੇਟਲੀ ਬੱਚੇ ਦੀ ਜਿਹੜੀ ਏਜ ਹੈ 17-18 ਸਾਲ ਦੀ ਹੁੰਦੀ ਹੈ, ਬੱਚੇ ਦੀ +2 ਕਰਨ ਤੋਂ ਬਾਅਦ 1 ਸਾਲ ਦਾ ਗੈਪ ਆਪਾਂ ਮੈਰਿਜ ਨੂੰ ਲੈ ਕੇ ਸ਼ੋਅ ਕਰ ਸਕਦੇ। ਉਸ ਤੋਂ ਬਾਅਦ ਆਪਾਂ ਅਪਲਾਈ ਕਰ ਸਕਦੇ ਹਾਂ ਸਪਾਊਸ ਵੀਜ਼ਾ। ਇਹ ਨਹੀਂ ਕਿ ਕਾਲਜ ਆਫਰ ਲੈਟਰ ਨਹੀਂ ਦਿੰਦਾ, ਯੂਨੀਵਰਸਿਟੀ ਆਫਰ ਲੈਟਰ ਨਹੀਂ ਦਿੰਦੀ, ਪਰ ਕਿਤੇ ਨਾ ਕਿਤੇ ਜੇ ਆਪਾਂ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਉਹ ਬਹੁਤ ਘੱਟ ਹੈ। ਜੇ ਆਪਾਂ 5.5 ਬੈਂਡ ਦੀ +2 ਤੋਂ ਬਾਅਦ ਗੱਲ ਕਰੀਏ, ਸਪਾਊਸ ਵੀਜ਼ਾ ਜਿਹੜੇ ਬਹੁਤ ਘੱਟ ਚਾਂਸ ਹੁੰਦੇ ਨੇ, ਬਹੁਤ ਮੁਸ਼ਕਲ ਹੈ। ਇਸ ਕਰਕੇ ਕਦੇ ਵੀ ਆਪਣਾ ਕੇਸ ਖਰਾਬ ਕਰਨ ਦੀ ਬਜਾਏ ਬੈਟਰ ਹੈ ਕਿ ਜੇਕਰ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਘੱਟੋ ਘੱਟ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ, ਤੁਸੀਂ ਮਾਸਟਰ ਡਿਗਰੀ, ਤੁਹਾਡਾ ਐਡਮਿਸ਼ਨ ਹੋਣਾ ਚਾਹੀਦਾ ਹੈ, ਬੈਂਡ ਤੁਹਾਡੇ 6 ਹੋਣੇ ਚਾਹੀਦੇ ਨੇ, ਨੋਟ ਲੈਸ ਦੈਨ 5 ਪੁਆਇੰਟ ਹੋਣੇ ਚਾਹੀਦੇ ਨੇ। ਉਸ ਤੋਂ ਇਲਾਵਾ ਤੁਹਾਡੇ ਕੋਲ ਫੰਡਿੰਗ ਪ੍ਰੋਪਰ ਹੋਣੀ ਚਾਹੀਦੀ ਹੈ, ਆਪਣੀ ਅਤੇ ਨਾਲ ਨਾਲ ਸਪਾਊਸ ਦੀ ਵੀ। ਗੱਲ ਇੱਥੇ ਇੱਕ ਪ੍ਰੀਤ ਜੀ ਆਉਂਦੀ ਹੈ ਕਿ ਹਰੇਕ ਦਾ ਬੱਚੇ ਦਾ ਕੁਸ਼ਚਨ ਹੁੰਦਾ ਕਿ ਮੇਰਾ ਸਪਾਊਸ ਕੀ ਪੜ੍ਹਿਆ ਲਿਖਿਆ ਚਾਹੀਦਾ ਹੈ, ਜਾਂ ਕਿ ਮੇਰੇ ਸਪਾਊਸ ਦਾ ਕੋਈ ਐਕਸਟਰਾ ਉਹਦੀ ਪੜ੍ਹਾਈ ਚਾਹੀਦੀ ਹੈ, ਜਾਂ ਸਪਾਊਸ ਦਾ ਕੋਈ ਕੰਮ ਕਰ ਚਾਹੀਦਾ ਹੈ। ਬਿਲਕੁਲ ਤੁਸੀਂ ਇਹ ਜਾਣਕਾਰੀ ਤੁਹਾਨੂੰ ਮੈਂ ਦੇਣਾ ਚਾਹੂੰਗਾ ਇੱਥੇ ਕਿ ਸਪਾਊਸ ਦਾ ਪੜ੍ਹਿਆ ਲਿਖਿਆ ਹੋਣਾ ਬਿਲਕੁਲ ਜ਼ਰੂਰੀ ਨਹੀਂ ਹੈ। ਤੁਸੀਂ 8 ਪਾਸ ਹੋ 10 ਪਾਸ ਹੋ, +2 ਪਾਸ ਹੋ, ਤੁਸੀਂ ਈਜ਼ਲੀ ਸਪਾਊਸ ਤੁਹਾਡਾ ਨਾਲ ਜਾ ਸਕਦਾ ਹੈ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ। ਪਰ ਸਿਰਫ ਇੱਥੇ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਇਹ ਨਹੀਂ ਕਿ ਤੁਹਾਡਾ ਸਪਾਊਸ ਨੇ +2 ਕੀਤੀ ਹੋਈ ਜਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਹ ਅੱਜ ਤੋਂ 10 ਸਾਲ ਪਹਿਲਾਂ ਕੀਤੀ ਹੋਈ ਹੈ, ਪਰ ਉਸ ਤੋਂ ਬਾਅਦ ਉਹ ਫ੍ਰੀ ਹੈ, ਉਹ ਕੁਝ ਕਰ ਨਹੀਂ ਰਿਹਾ, ਉਹਦੇ ਕੋਲ ਇਨਕਮ ਟੈਕਸ ਰਿਟਰਨਸ ਨਹੀਂ ਹੈਗੇ, ਉਹਨਾਂ ਦੇ ਕੋਈ ਪ੍ਰੂਫ ਨਹੀਂ ਹੈਗੇ, ਫੰਡਿੰਗ ਦੀ ਕੋਈ ਪ੍ਰੋਪਰ ਡਿਟੇਲ ਨਹੀਂ ਹੈਗੀ, ਤਾਂ ਤੁਹਾਡਾ ਸਪਾਊਸ ਨਾਲ ਨਹੀਂ ਜਾ ਸਕਦਾ। ਜੇਕਰ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਤੁਹਾਡੀ ਫੰਡਿੰਗ ਕਲੀਅਰ ਕੱਟ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਸਪਾਊਸ ਦੇ ਜਿਹੜੇ ਵਰਕ ਐਕਸਪੀਰੀਅੰਸ ਉਹ ਹੋਣਾ ਚਾਹੀਦਾ ਹੈ, ਚਾਹੇ ਕੋਈ ਐਗਰੀਕਲਚਰ ਵੀ ਕਰਦਾ ਤਾਂ ਉਹਦੇ ਕੋਲ ਵੀ ਐਗਰੀਕਲਚਰ ਇਨਕਮ ਸਰਟੀਫਿਕੇਟ ਹੋਣੇ ਚਾਹੀਦੇ ਨੇ, ਜਾਂ ਉਹਨਾਂ ਕੋਲ ਜੇ ਫਾਰਮਸ ਹੋਣੇ ਚਾਹੀਦੇ ਨੇ, ਜਾਂ ਪ੍ਰੋਪਰਲੀ ਜਿਹੜੇ ਐਵੀਡੈਂਸ ਬਣਦੇ ਹੋਣ ਕਿ ਉਹਨਾਂ ਦੇ ਇੱਥੇ ਕੰਮ ਕਰ ਹੈਗਾ, ਇੱਥੇ ਕੰਮ ਕਰ ਰਹੇ ਨੇ, ਉਹ ਕਿਸੇ ਤਰ੍ਹਾਂ ਨਾਲ ਇੱਥੇ ਫ੍ਰੀ ਨਹੀਂ ਹੈਗੇ। ਸਟੱਡੀ ਦੀ ਮੈਂ ਗੱਲ ਦੁਬਾਰਾ ਦੁਹਰਾ ਦੇਣਾ ਚਾਹੂੰਗਾ ਇੱਥੇ ਕਿ ਬੱਚੇ ਦਾ ਜਿਹੜਾ ਸਪਾਊਸ ਹੈ ਉਹਦੀ ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ, ਉਹ ਚਾਹੇ ਕਿੰਨਾ ਵੀ ਪੜਿਆ ਹੋਇਆ, ਤੁਸੀਂ ਸਪਾਊਸ ਨੂੰ ਨਾਲ ਲੈ ਕੇ ਈਜ਼ਲੀ ਜਾ ਸਕਦੇ ਹੋ। ਜੀ ਬਿਲਕੁਲ, ਜਾਣੀ ਕਿ ਅਸੀਂ ਗੱਲ ਕਰੀਏ ਸਟੂਡੈਂਟਸ ਦੇ ਨਾਲ ਨਾਲ ਜਿਹੜਾ ਉਹਦਾ ਸਪਾਊਸ ਨਾਲ ਜਾ ਰਿਹਾ, ਕਿਤੇ ਨਾ ਕਿਤੇ ਉਹਦਾ ਪ੍ਰੋਫਾਈਲ ਵੀ ਮੈਟਰ ਕਰਦਾ। ਸਟੱਡੀ ਦੀ ਗੱਲ ਕਲੀਅਰ ਕਰ ਦਿੱਤੀ ਹੈ ਕਿ ਉਹ ਇੰਨਾ ਮੈਟਰ ਨਹੀਂ ਕਰਦੀ ਕਿ ਜਿਹੜਾ ਸਪਾਊਸ ਆ ਉਹਦੀ ਇੰਨੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਪਰ ਕਿਤੇ ਨਾ ਕਿਤੇ ਜੇਕਰ ਗੈਪ ਹੈਗਾ ਉਹਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਆ, ਨਾਲ ਦੀ ਨਾਲ ਜੇਕਰ ਉਹ ਕੋਈ ਵੀ ਕੰਮ ਕਰਦੇ ਨੇ ਉਹਦੇ ਪੂਰੇ ਪ੍ਰੂਫ ਚੰਗੇ ਤਰੀਕੇ ਦੇ ਨਾਲ ਹੋਣੇ ਚਾਹੀਦੇ ਨੇ, ਕਿਉਂਕਿ ਜੈਨੂਅਨ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣਾ ਵੀਜ਼ਾ ਲਗਵਾਉਣੇ ਫਾਈਲ ਅਪਲਾਈ ਕਰਦੇ ਹੋ, ਜੈਨੂਅਨ ਤੁਸੀਂ ਕੰਸਲਟੈਂਟ ਚੂਜ਼ ਕਰਦੇ ਹੋ, ਤਾਂ ਰਿਫਿਊਜ਼ਲ ਦੇ ਚਾਂਸਿਸ ਕਿਤੇ ਨਾ ਕਿਤੇ 1% ਤਾਂ ਫਿਰ ਵੀ ਕੋਈ ਵੀ ਕੰਮ ਅਸੀਂ ਕਰਦੇ ਹਾਂ ਤਾਂ ਫੁੱਲ ਗਰੰਟੀ 100% ਨਹੀਂ ਹੁੰਦੀ, ਪਰ ਫਿਰ ਵੀ ਜੈਨੂਅਨ ਤਰੀਕੇ ਦੇ ਨਾਲ ਹਮੇਸ਼ਾ ਅਪਲਾਈ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਸੋ ਹੁਣ ਅਸੀਂ ਯੂਕੇ ਤੇ ਆਉਂਦੇ ਹਾਂ, ਤੇ ਯੂਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦਾ ਕਿੱਦਾਂ ਦਾ ਪ੍ਰੋਸੈਸ ਹੈ? ਯੂਕੇ ਦੀ ਜੇ ਮੈਂ ਗੱਲ ਕਰਨਾ ਚਾਹੂੰਗਾ ਕਿ ਕਾਫੀ ਸਮੇਂ ਤੋਂ ਕੋਈ ਵੀ ਕੰਸਲਟੈਂਟ ਜਾਂ ਕੋਈ ਵੀ ਏਜੰਟ ਇਹਨੂੰ ਪ੍ਰਮੋਟ ਨਹੀਂ ਕਰ ਰਿਹਾ ਸੀ ਕਿ ਯੂਕੇ ਸਟੱਡੀ ਵੀਜ਼ਾ ਨਹੀਂ ਲੱਗਦਾ, ਪਰ ਕਿਤੇ ਨਾ ਕਿਤੇ ਜਦੋਂ ਆਪਾਂ ਹੁਣ ਦੇਖਾਂਗੇ, ਕਿਉਂਕਿ ਸਭ ਤੋਂ ਪਹਿਲਾਂ ਜੇ ਮੈਂ ਥੋੜ੍ਹੀ ਜਿਹੀ ਪਿੱਛੇ ਜਾਣਾ ਚਾਹੂੰਗਾ ਕੈਨੇਡਾ ਨੂੰ ਲੈ ਕੇ, ਅੱਜ ਤੋਂ 2 ਸਾਲ ਪਹਿਲਾਂ ਦੀ ਮੈਂ ਗੱਲ ਕਰਾਂ, ਕੈਨੇਡਾ ਬਹੁਤ ਖੁੱਲ੍ਹ ਕੇ ਪ੍ਰਮੋਟ ਹੋ ਰਿਹਾ ਸੀ, ਹਰੇਕ ਕੰਸਲਟੈਂਟ ਨੇ ਕੈਨੇਡਾ ਦੇ ਬੋਰਡਸ ਲੱਗੇ ਹੋਏ ਸੀ, ਕੈਨੇਡਾ ਪ੍ਰਮੋਟ ਹੋ ਰਿਹਾ ਸੀ, ਪਰ ਜਦੋਂ ਤੋਂ ਕੈਨੇਡਾ ਦੇ ਵਿੱਚ SDS ਚੇਂਜਸ ਆਏ, ਈਚ ਮੋਡਿਊਲ 6 ਬੈਂਡ ਹੋਏ, ਉਸ ਤੋਂ ਬਾਅਦ ਥੋੜ੍ਹੀ ਪਰਸੈਂਟੇਜ 60 ਹੋਈ, ਤਾਂ ਕਿਤੇ ਨਾ ਕਿਤੇ ਜਿਹੜਾ ਕੈਨੇਡਾ ਦਾ ਸਕਸੈਸ ਰੇਟ ਵੀ ਥੋੜ੍ਹਾ ਜਿਹਾ ਡਾਊਨ ਆਇਆ, ਉਸ ਦੇ ਨਾਲ ਨਾਲ ਕੰਸਲਟੈਂਟਸ ਨੇ ਵੀ ਆਪਦੇ ਬੋਰਡ ਕੈਨੇਡਾ ਤੋਂ ਉਤਾਰ ਕੇ ਆਸਟ੍ਰੇਲੀਆ ਵੱਲ ਯੂਜ਼ ਕਰਨੇ ਸ਼ੁਰੂ ਕਰਤੇ ਸੀ। ਪਰ ਜਦੋਂ ਆਸਟ੍ਰੇਲੀਆ ਦੇ ਵਿੱਚ ਆਪਾਂ ਅੱਜ ਦਾ ਕ੍ਰਾਈਟੀਰੀਆ ਦੀ ਗੱਲ ਕਰੀਏ, ਆਸਟ੍ਰੇਲੀਆ ਵਿੱਚ ਜੇਕਰ ਜਿਹੜੇ ਬੱਚੇ ਦੇ 5.5 ਬੈਂਡ ਦੇ ਡਿਪਲੋਮਾ 'ਚ ਐਡਮਿਸ਼ਨ ਲੈ ਰਿਹਾ, ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਸਕਸੈਸ ਰੇਟ ਆ ਡਿਪਲੋਮਾ ਕੋਰਸਿਸ ਦੇ ਵਿੱਚ, ਉਹ ਕਿਤੇ ਨਾ ਕਿਤੇ ਡਿਗਰੀ ਦੇ ਅਕੋਰਡਿੰਗ, ਹਾਇਰ ਡਿਗਰੀ ਦੇ ਵਿੱਚ, ਹਰ ਸਟੱਡੀ ਦੇ ਅਕੋਰਡਿੰਗ ਕਾਫੀ ਘੱਟ ਹੈ, ਮਤਲਬ ਕਾਫੀ ਘੱਟ। ਮੈਂ ਇਸ ਲਈ ਕਿਹਾ ਕਿ ਜੇ ਆਪਾਂ 50-50 ਰੇਸ਼ੋ ਵੀ ਲੈ ਕੇ ਚੱਲੀਏ ਤਾਂ 50 ਤੋਂ ਵੀ ਜਿਹੜਾ ਲੈਸ ਹੈ ਉਹ ਹੈਗਾ, ਪਰ ਜੇਕਰ ਬੱਚਿਆਂ ਦੀ ਪਰਸੈਂਟੇਜ ਚੰਗੀ ਹੈ ਬੱਚਿਆਂ ਦੇ ਤਾਂ ਵੀਜ਼ੇ ਨਿਕਲਦੇ ਨੇ। ਹੁਣ ਆਪਾਂ ਦੇਖਾਂਗੇ ਕਿ ਕੰਸਲਟੈਂਟਸ ਕੋਲ ਕੀ ਸੀ, ਆਪਸ਼ਨਸ ਬਹੁਤ ਘੱਟ ਸੀ। ਅਸੀਂ ਯੂਕੇ ਪਹਿਲਾਂ ਵੀ ਪ੍ਰਮੋਟ ਕਰ ਰਹੇ ਸੀ, ਯੂਕੇ ਦੇ ਵਿੱਚ ਸਟੱਡੀ ਵੀਜ਼ਾ ਵਾਲੇ ਬੱਚੇ ਭੇਜ ਵੀ ਰਹੇ ਸੀ, ਸਾਡੇ ਵੀਜ਼ਾਸ ਆ ਵੀ ਰਹੇ ਸੀ, ਪਰ ਕਿਤੇ ਨਾ ਕਿਤੇ ਪ੍ਰੋਫਾਈਲ ਥੋੜ੍ਹੀ ਹਾਈ ਚਾਹੀਦੀ ਸੀ, ਬੱਚੇ ਦੇ ਬੈਂਡ 6 ਚਾਹੀਦੇ ਸੀ,
ਫੀਸ ਦਾ ਥੋੜ੍ਹਾ ਡਿਫਰੈਂਸ ਜ਼ਰੂਰ ਹੈਗਾ, ਯੂਨੀਵਰਸਿਟੀ ਵਿੱਚ ਫੀਸ ਵੱਧ ਹੈ, ਕਾਲਜ ਵਿੱਚ ਘੱਟ ਹੈ। ਯੂਨੀਵਰਸਿਟੀ ਦੇ ਵਿੱਚ ਜਿਹੜਾ ਆਲਮੋਸਟ ਤੁਹਾਡਾ ਹੈਗਾ ਉਹ 100% ਸਕਸੈਸ ਰੇਟ ਹੈ। 100% ਮੈਂ ਇਸ ਲਈ ਕਿਹਾ ਕਿਉਂਕਿ ਜਿੰਨੇ ਵੀ ਵੀਜ਼ਾ ਸੀ ਹੁਣ ਤੱਕ ਯੂਨੀਵਰਸਿਟੀ ਲਈ ਅਪਲਾਈ ਕੀਤੇ ਨੇ, ਸਾਰੇ ਬੱਚਿਆਂ ਦੇ ਵੀਜ਼ੇ ਆਏ ਨੇ, ਤੁਸੀਂ ਸਾਡੇ ਆਫਿਸ ਆ ਕੇ ਲੱਗੇ ਹੋਏ ਵੀਜ਼ਾ ਦੇਖ ਸਕਦੇ ਹੋ, ਬੱਚਿਆਂ ਨਾਲ ਗੱਲਬਾਤ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਬੱਚੇ ਦਾ ਉੱਥੇ ਆਪਸ਼ਨ ਕੀ ਨੇ ਬੱਚੇ ਕੋਲੇ। ਬੱਚਾ ਸਟੱਡੀ ਦੇ ਦੌਰਾਨ ਉੱਥੇ 20 ਘੰਟੇ ਕੰਮ ਕਰ ਸਕਦਾ, ਸਟੱਡੀ ਤੋਂ ਬਾਅਦ ਬੱਚੇ ਕੋਲੇ ਵਰਕ ਪਰਮਿਟ ਅਵੇਲੇਬਲ ਹੈ, ਵਰਕ ਪਰਮਿਟ ਤੋਂ ਬਾਅਦ ਬੱਚੇ ਕੋਲ ਉੱਥੇ PR ਦੀ ਆਪਸ਼ਨਸ ਵੀ ਅਵੇਲੇਬਲ ਹੈਗੀਆਂ ਨੇ। ਪਰ ਜੇਕਰ ਬੱਚਾ ਉੱਥੇ ਪ੍ਰੋਪਰ ਤਰੀਕੇ ਨਾਲ ਸਟੇ ਕਰਦਾ, ਪ੍ਰੋਪਰ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦਾ, ਤਾਂ ਉੱਥੇ ਇੱਕ ਬੱਚਾ ਫਿਊਚਰ ਆਪਣਾ ਸੈੱਟ ਕਰ ਸਕਦਾ। ਇਹ ਨਹੀਂ ਕਿ ਬੱਚਾ ਕ੍ਰਿਮੀਨਲ ਐਕਟੀਵਿਟੀਜ਼ ਕਰ ਰਿਹਾ, ਜਿਹੜੇ ਵਰਕਿੰਗ ਗਾਰਡ ਨੂੰ ਅਲਾਉਡ ਨੇ ਉਸ ਤੋਂ ਐਕਸਟਰਾ ਕੰਮ ਕਰ ਰਿਹਾ, ਇਲੀਗਲ ਕੰਮ ਕਰ ਰਿਹਾ। ਇਹ ਚੀਜ਼ਾਂ ਜਿਹੜੀਆਂ ਤੁਹਾਡੇ ਕਿਤੇ ਨਾ ਕਿਤੇ ਕਰੀਅਰ 'ਤੇ ਬਹੁਤ ਇਫੈਕਟ ਪਾਉਂਦੀਆਂ ਨੇ, ਚਾਹੇ ਤੁਹਾਡਾ ਸਟੂਡੈਂਟ ਵੀਜ਼ਾ ਹੈ, ਚਾਹੇ ਤੁਹਾਡਾ ਵਰਕ ਵੀਜ਼ਾ, ਚਾਹੇ PR, ਤੁਸੀਂ ਕਿਸੇ ਵੀ ਵੀਜ਼ੇ 'ਤੇ ਹੋ, ਇੱਕ ਰੂਲ ਰੈਗੂਲੇਸ਼ਨ ਤੋਂ ਇਲਾਵਾ ਜੇ ਤੁਸੀਂ ਚੱਲੋਗੇ ਤੁਹਾਡੇ 'ਤੇ ਜਿਹੜਾ ਬਹੁਤ ਇਫੈਕਟ ਹੋਊਗਾ। ਜੀ ਬਿਲਕੁਲ, ਕਹੀਏ ਤਾਂ ਸਿਰਫ ਹੁਣ ਦੇ ਹਿਸਾਬ ਦੇ ਨਾਲ ਨਾ ਦੇਖਿਆ ਕਰੋ ਕਿ ਚਲੋ ਜੀ ਠੀਕ ਹੈ ਅਸੀਂ ਵੱਧ ਕੰਮ ਕਰ ਲੈਂਦੇ ਹਾਂ, ਜਿੰਨੇ ਘੰਟੇ ਸਾਨੂੰ ਮਿਲੇ ਨੇ ਉਸ ਤੋਂ ਵੀ ਵੱਧ ਕੰਮ ਕਰ ਲੈਣ, ਸਾਡੇ ਪੈਸੇ ਬਣ ਜਾਣਗੇ, ਬਲਕਿ ਆਪਣਾ ਫਿਊਚਰ ਦੇਖਿਆ ਕਰੋ ਕਿ ਅੱਗੇ ਵੀ ਅਸੀਂ ਇੱਥੇ ਹੀ ਰਹਿਣਾ, ਅੱਗੇ ਅਸੀਂ ਆਪਾਂ ਵਧੀਆ ਤਰੀਕੇ ਦੇ ਨਾਲ ਆਪਣਾ ਕਰੀਅਰ ਬਣਾਉਣਾ। ਅਤੇ UK ਦੇ ਵਿੱਚ ਸਪਾਊਸ ਦੀ ਗੱਲ ਕੀਤੀ ਜਾਵੇ, UK ਦੇ ਵਿੱਚ ਸਪਾਊਸ ਦੀ ਆਪਸ਼ਨ ਹੈ? ਜੀ ਬਿਲਕੁਲ, ਮੈਂ ਇੱਥੇ ਦੱਸਣਾ ਚਾਹੂੰਗਾ ਕਿ ਜਿਹੜੇ ਬੱਚੇ UK ਦੇ ਵਿੱਚ ਜਾਣਾ ਚਾਹੁੰਦੇ ਨੇ, ਸਪਾਊਸ ਵੀਜ਼ਾ ਲਗਵਾਉਣਾ ਚਾਹੁੰਦੇ ਨੇ, ਬੱਚੇ ਘੱਟੋ ਘੱਟ ਇੱਥੋਂ ਗ੍ਰੈਜੂਏਟ ਹੋਣ, ਜਿਹੜੇ ਬੱਚੇ ਮਾਸਟਰ ਡਿਗਰੀ ਲਈ ਜਾਣਗੇ ਉਹਨਾਂ ਦੇ ਕੋਲ ਸਪਾਊਸ ਦੀ ਆਪਸ਼ਨ ਬਹੁਤ ਵਧੀਆ ਅਵੇਲੇਬਲ ਹੈ। ਸਪਾਊਸ ਤੁਹਾਡਾ ਵੈਰੀ ਫਸਟ ਡੇ ਤੋਂ ਤੁਹਾਡੇ ਨਾਲ ਜਾ ਸਕਦਾ। ਸਪਾਊਸ ਦੀ ਕੁਆਲੀਫਿਕੇਸ਼ਨ ਵੀ ਮੈਂ ਦੱਸਣਾ ਚਾਹੂੰਗਾ, ਕੋਈ ਮੈਟਰ ਨਹੀਂ ਕਰਦੀ। UK ਦੇ ਵਿੱਚ ਮੈਟਰ ਕਿਤੇ ਨਾ ਕਿਤੇ ਕਰਦੀ ਆਪਣੀ ਫੰਡਿੰਗ ਅਤੇ ਆਪਣਾ ਕੈਸ਼ ਲੈਟਰ। ਜੇਕਰ ਆਪਣੀ ਫੰਡਿੰਗ ਪ੍ਰੋਪਰ ਹੈਗੀ ਹੈ, ਬੱਚੇ ਨੂੰ 28 ਦਿਨ ਪੁਰਾਣੇ 28 ਡੇਜ਼ ਓਲਡ ਜਿਹੜੇ ਫੰਡ ਨੇ ਬੱਚੇ ਨੂੰ ਚਾਹੀਦੇ ਹੁੰਦੇ ਨੇ। ਜਿਹੜਾ ਬੱਚਾ ਯੂਨੀਵਰਸਿਟੀ ਵਿੱਚ ਸਟੱਡੀ ਕਰਨ ਜਾ ਰਿਹਾ ਉਹਨੂੰ 15 ਤੋਂ 18 ਲੱਖ ਜਿਹੜੇ ਫੰਡ ਦੀ ਰਿਕੁਆਇਰਮੈਂਟ ਹੈ, ਜਿਹੜਾ ਬੱਚਾ ਕਾਲਜ ਜਾ ਰਿਹਾ ਉਹਨੂੰ 12 ਤੋਂ 13 ਲੱਖ ਫੰਡ ਦੀ ਰਿਕੁਆਇਰਮੈਂਟ ਹੈ। ਜੇ ਆਪਾਂ ਸਪਾਊਸ ਵੀਜ਼ਾ ਦੀ ਗੱਲ ਕਰੀਏ, ਸਪਾਊਸ ਵੀਜ਼ਾ ਵਿੱਚ ਆਪਾਂ ਨੂੰ 20 ਤੋਂ 25 ਲੱਖ ਜਿਹੜੀ ਫੰਡ ਦੀ ਰਿਕੁਆਇਰਮੈਂਟ ਹੈਗੀ ਹੈ। ਫੰਡਿੰਗ ਦੇ ਉੱਤੇ ਮੈਂ ਇੱਕ ਵਾਰ ਜ਼ਰੂਰ ਦੱਸ ਦੇਣਾ ਚਾਹੂੰਗਾ, ਫੰਡਿੰਗ ਦੇ ਵਿੱਚ ਕੋਈ ਵੀ ਫੇਕ ਡਾਕੂਮੈਂਟ ਨਾ ਲਗਾਓ, ਕੋਈ ਐਜੂਕੇਸ਼ਨ ਦਾ ਫੇਕ ਡਾਕੂਮੈਂਟ ਨਾ ਲਗਾਓ, ਕਿਉਂਕਿ ਕਿਤੇ ਨਾ ਕਿਤੇ ਉਹਨੂੰ ਪ੍ਰੋਬਲਮ ਆ ਸਕਦੀ ਹੈ। ਕਿਉਂਕਿ 320 ਜਿਹੜੀ ਆ, ਕਦੀ ਆਪਾਂ ਫੰਡਿੰਗ 'ਚ ਕੋਈ ਦਿੱਕਤ ਹੈ, ਤੁਹਾਡੇ ਕੋਈ ਡਾਕੂਮੈਂਟ 'ਚ ਦਿੱਕਤ ਹੈ, ਤਾਂ ਜਿਹੜੀ UK ਵੱਲੋਂ ਕਲੀਅਰ ਕੱਟ 320 ਲਗਾਈ ਜਾਂਦੀ ਹੈ, ਯਾਨੀ ਕਿ 10 ਸਾਲ ਦਾ ਬੈਨ, ਕੋਈ ਵੀ ਬੱਚਾ ਫਿਰ ਉਸ ਤੋਂ ਬਾਅਦ 10 ਸਾਲ ਲਈ UK ਅਪਲਾਈ ਨਹੀਂ ਕਰ ਸਕਦਾ, ਜੇਕਰ ਤੁਹਾਡੀ ਫੰਡਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਜਾਂ ਕੋਈ ਡਾਕੂਮੈਂਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਇਸ ਕਰਕੇ UK ਅਪਲਾਈ ਕਰਨ ਤੋਂ ਪਹਿਲਾਂ ਆਪਣੀ ਫੰਡਿੰਗ ਪ੍ਰੋਪਰ ਚੈੱਕ ਕਰੋ, ਆਪਣੇ ਬੈਨ ਪ੍ਰੋਪਰ ਚੈੱਕ ਕਰੋ, ਆਪਣੇ ਜਿਹੜੇ ਕੁਆਲੀਫਿਕੇਸ਼ਨ ਉਹ ਪ੍ਰੋਪਰ ਚੈੱਕ ਕਰਕੇ ਲਗਵਾਓ, ਤੁਸੀਂ ਚੈੱਕ ਕਰਕੇ ਲਗਾਓ। ਇਹ ਨਹੀਂ ਕਿ ਤੁਸੀਂ ਕੋਈ ਫੇਕ ਡਾਕੂਮੈਂਟ ਦੇ ਰਹੇ ਹੋ, ਕੱਲ੍ਹ ਨੂੰ ਤੁਹਾਡੇ 'ਤੇ 320 ਲੱਗ ਕੇ 10 ਸਾਲ ਦਾ UK ਬੈਨ ਲੱਗ ਸਕਦਾ। ਇਸ ਕਰਕੇ ਚਾਹੇ ਕੋਈ ਸਪਾਊਸ ਨਾਲ ਜਾਣਾ ਚਾਹੁੰਦਾ, ਚਾਹੇ ਕੋਈ ਸਿੰਗਲ ਜਾਣਾ ਚਾਹੁੰਦਾ, ਪ੍ਰੋਪਰ ਕ੍ਰਾਈਟੀਰੀਆ ਚੈੱਕ ਕਰਕੇ, ਕੰਸਲਟੈਂਟ ਚੈੱਕ ਕਰਕੇ, ਇਹ ਨਹੀਂ ਕਿ ਕਿਸੇ ਵੀ ਕੰਸਲਟੈਂਟ ਕੋਲ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਆਪਾਂ ਦੇਖਾਂਗੇ ਕਿ UK ਦੇ ਵਿੱਚ ਵਰਲਡ ਕੱਪ ਹੋਣ ਜਾ ਰਿਹਾ, ਵਰਲਡ ਕੱਪ ਕਰਕੇ ਕਾਫੀ ਜ਼ਿਆਦਾ ਕੰਸਲਟੈਂਟ ਇਹਨਾਂ ਚੀਜ਼ਾਂ ਨੂੰ ਵੀ ਪ੍ਰਮੋਟ ਹੋਣਗੇ, ਇਹ ਚੀਜ਼ਾਂ ਵੀ ਪ੍ਰਮੋਟ ਹੋਣਗੇ ਕਿ ਵਰਲਡ ਕੱਪ ਦੇਖਣ ਲਈ ਤੁਸੀਂ ਟੂਰਿਸਟ ਵੀਜ਼ਾ ਲਗਵਾ ਲਓ ਜਾਂ ਵਰਲਡ ਕੱਪ ਦੇਖਣ ਲਈ UK ਜਾ ਸਕਦੇ ਹੋ। ਇਹ ਹੈ ਕਿ ਵਰਲਡ ਕੱਪ ਉੱਤੇ ਹੈ, ਪਰ ਇਹ ਨਹੀਂ ਕਿ ਹਰੇਕ ਬੱਚੇ ਨੂੰ ਵੀਜ਼ਾ ਮਿਲ ਜੂਗਾ। ਜਿਹਦੀ ਪ੍ਰੋਫਾਈਲ ਵਧੀਆ ਹੋਊਗੀ, ਪ੍ਰੋਫਾਈਲ ਜੈਨੂਇਨ ਹੋਊਗੀ, ਉਸੇ ਬੱਚੇ ਨੂੰ ਵੀਜ਼ਾ ਮਿਲੂਗਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਹੈ। ਬੱਚਾ ਇੱਥੋਂ ਪੜ੍ਹਾਈ ਕਰਨ ਦੇ ਲਈ ਜੇਕਰ ਜਾਣਾ ਚਾਹੁੰਦਾ, ਅੱਜ ਉਹਦੇ ਕੋਲ ਵਧੀਆ ਸਮਾਂ, ਬੱਚੇ ਕੋਲ ਜੂਨ ਜੁਲਾਈ ਇਨਟੇਕ ਅਵੇਲੇਬਲ ਹੈ, ਯੂਨੀਵਰਸਿਟੀ ਦੀ ਗੱਲ ਕਰੀਏ ਅਗਸਤ ਸਤੰਬਰ ਇਨਟੇਕ ਅਵੇਲੇਬਲ ਹੈ, ਕਾਲਜ ਦੇ ਵਿੱਚ ਨੀਅਰਲੀ ਇਨਟੇਕ ਵੀ ਅਵੇਲੇਬਲ ਹੈਗੇ ਨੇ। 2 ਤੋਂ 3 ਮਹੀਨੇ ਜਿਹੜਾ ਪ੍ਰੋਸੈਸਿੰਗ ਸਮਾਂ ਲੱਗ ਜਾਂਦਾ ਬੱਚੇ ਦਾ, Day 1 ਤੋਂ ਅਪਲਾਈ ਕਰਨ ਤੋਂ ਬਾਅਦ ਵੀਜ਼ਾ ਅਪਰੂਵਲ ਤੱਕ ਦਾ। ਵੀਜ਼ਾ ਦੀ ਜੇ ਮੈਂ ਗੱਲ ਕਰਾਂ, ਅੱਜ ਦੀ ਡੇਟ ਦੇ ਵਿੱਚ 10 ਤੋਂ 15 ਦਿਨ ਦੇ ਰਿਜ਼ਲਟ ਆ ਰਹੇ ਨੇ, ਬਹੁਤ ਹੀ ਪੋਜ਼ਿਟਿਵ ਰਿਜ਼ਲਟ ਨੇ UK ਦੇ। ਇਸ ਕਰਕੇ ਇੱਕ ਬੜਾ ਵਧੀਆ ਸਮਾਂ, ਇੱਕ ਸੁਨਹਿਰਾ ਸਮਾਂ, ਜਿਹੜੇ ਬੱਚੇ ਆਸਟ੍ਰੇਲੀਆ ਨਹੀਂ ਜਾ ਸਕੇ ਜਾਂ ਕੈਨੇਡਾ ਨਹੀਂ ਜਾ ਸਕੇ, ਬੈਂਡ ਦੀ ਰਿਕੁਆਇਰਮੈਂਟ ਕਰਕੇ ਜਾਂ ਸਟੱਡੀ ਦੀ ਰਿਕੁਆਇਰਮੈਂਟ ਜ਼ਿਆਦਾ ਹੋਣ ਕਰਕੇ, ਉਹ ਬੱਚਿਆਂ ਦੇ ਕੋਲ UK ਇੱਕ ਬਹੁਤ ਵਧੀਆ ਆਪਸ਼ਨ ਹੈ। ਬੱਚਾ UK ਜਾ ਕੇ ਸਟੱਡੀ ਕਰ ਸਕਦਾ, ਕੰਮ ਕਰ ਸਕਦਾ, ਫਿਊਚਰ ਉੱਥੇ ਵਧੀਆ ਤਰੀਕੇ ਨਾਲ ਸੈੱਟ ਕਰ ਸਕਦਾ। ਬਿਲਕੁਲ ਜੀ, UK ਦੇ ਵਿੱਚ ਕਿਉਂਕਿ ਜਦੋਂ ਕੋਈ ਵੀ ਕੰਟਰੀ ਦੁਬਾਰਾ ਆਪਣੇ ਵੀਜ਼ੇ ਖੋਲਦੀ ਹੈ, ਕਿਤੇ ਨਾ ਕਿਤੇ ਹੁਣ ਅਸੀਂ UK ਦੇ ਪ੍ਰੋਸੈਸ ਦੀ ਗੱਲ ਕੀਤੀ ਕਰੀਏ ਤਾਂ ਉਹਦੇ ਨਾਲੋਂ ਆਸਟ੍ਰੇਲੀਆ, ਕੈਨੇਡਾ, ਉਹਦੇ ਨਾਲੋਂ ਥੋੜ੍ਹਾ ਜਿਹਾ ਸੌਫਟ ਹੈਗਾ, ਤੁਹਾਨੂੰ ਬੈਂਡਸ ਘੱਟ ਚਾਹੀਦੇ ਨੇ, ਬਜਟ ਘੱਟ ਚਾਹੀਦਾ, ਤਾਂ ਉਹ UK ਦਾ ਵੀਜ਼ਾ ਤੁਸੀਂ ਲਗਾ ਸਕਦੇ ਹੋ। ਸੋ ਇੱਕ ਗੱਲ ਹੋਰ ਹੈ ਕਿ UK 'ਚ ਜਦੋਂ ਸਟੂਡੈਂਟ ਨੇ ਜਾਣਾ ਹੁੰਦਾ, ਪਰ ਉਹਦੇ ਮਨ 'ਚ ਕਿਤੇ ਨਾ ਕਿਤੇ ਡਰ ਹੈ ਕਿ UK ਦੇ ਵਿੱਚ ਸਾਨੂੰ PR ਬਹੁਤ ਮੁਸ਼ਕਿਲ ਦੇ ਨਾਲ ਮਿਲੇਗੀ। ਬਹੁਤ ਸਾਰੇ ਸਟੂਡੈਂਟ ਪਿੱਛੇ ਜੇ ਜਦੋਂ ਗਏ ਵੀ ਸੀਗੇ, PR ਨਹੀਂ ਮਿਲੀ, ਵਾਪਸ ਉਹਨਾਂ ਨੂੰ ਕਈਆਂ ਨੂੰ 10-10 ਸਾਲ ਲਗਾ ਕੇ ਵੀ ਵਾਪਸ ਆਉਣਾ ਪਿਆ। ਪ੍ਰੀਤ ਜੀ, ਮੈਂ ਦੱਸਣਾ ਜ਼ਰੂਰ ਚਾਹੂੰਗਾ ਕਿ ਆਪਾਂ ਨੂੰ ਪਹਿਲਾਂ UK ਦੇ ਵਿੱਚ ਪਹਿਲਾਂ ਵੀ ਪ੍ਰੋਬਲਮ ਸੀ, ਸ਼ਾਇਦ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ PR ਨੂੰ ਲੈ ਕੇ ਪ੍ਰੋਬਲਮਸ ਆ ਸਕਦੀਆਂ ਨੇ। ਮੈਂ ਇੱਥੇ ਇਹ ਨਹੀਂ ਕਹਿਣਾ ਚਾਹੂੰਗਾ ਕਿ ਜਿਹੜਾ ਬੱਚਾ ਜਾਊਗਾ PR ਹੋ ਕੇ ਜਾਊਗਾ, ਪਰ ਇੱਥੇ ਮੈਂ ਬੱਚਿਆਂ ਨੂੰ ਇੱਕ ਐਗਜ਼ਾਮਪਲ ਜ਼ਰੂਰ ਦੇਣਾ ਚਾਹੂੰਗਾ। ਜੇਕਰ ਤੁਸੀਂ ਇੱਥੇ ਵੀ ਕੋਈ 10-12 ਲੱਖ ਲਗਾ ਕੇ ਕੰਮ ਸਟਾਰਟ ਕਰਦੇ ਹੋ, ਜਾਂ ਜਿਵੇਂ ਜੋਬਸ ਇੱਥੇ ਕਾਫੀ ਘੱਟ ਨੇ, ਦੂਜੇ ਪਾਸੇ ਆਪਾਂ ਗੱਲ
ਕੈਨੇਡਾ ਵਧੀਆ ਸੈਟਲ ਹੁੰਦਾ, ਪਰ ਯੂਕੇ ਦੇ ਵਿੱਚ ਇਹੀ ਬੱਚਿਆਂ ਨੂੰ ਮੇਨ ਪ੍ਰੋਬਲਮ ਲੱਗਦੀ ਹੈ ਕਿ ਸਾਡੀ ਕੱਲ੍ਹ ਨੂੰ ਪੀਆਰ ਨਹੀਂ ਹੋਊਗੀ। ਜਿਹੜਾ ਬੱਚਾ ਇੱਥੋਂ 2 ਸਾਲ ਦੀ ਡਿਗਰੀ ਲਈ ਜਾ ਰਿਹਾ, 3 ਸਾਲ ਦੀ ਡਿਗਰੀ ਲਈ ਜਾ ਰਿਹਾ, ਡਿਗਰੀ ਤੋਂ ਬਾਅਦ ਬੱਚੇ ਕੋਲ ਵਰਕ ਪਰਮਿਟ ਦੀ ਆਪਸ਼ਨ ਅਵੇਲੇਬਲ ਹੈਗੀ ਹੈ। ਈਵਨ ਸਾਡੇ ਕੋਲ ਇਹੋ ਜਿਹੀ ਯੂਨੀਵਰਸਿਟੀਆਂ ਨੇ, ਇਹੋ ਜਿਹੇ ਕਾਲਜ ਨੇ ਜਿਹੜੇ ਤੁਹਾਨੂੰ ਤੁਹਾਡੀ ਪੜ੍ਹਾਈ ਦੇ ਨਾਲ ਨਾਲ ਇੰਟਰਨਸ਼ਿਪ ਦੇ ਆਪਸ਼ਨ ਵੀ ਨੇ, ਸਕਾਲਰਸ਼ਿਪ ਦੇ ਆਪਸ਼ਨ ਵੀ ਨੇ ਕਾਫੀ ਸਾਡੇ ਕੋਲ। ਸਾਡੇ ਸਟੂਡੈਂਟਸ ਦੇ ਜਿਹੜੇ ਆਫਰ ਲੈਟਰ ਆ ਰਹੇ ਉਹਨਾਂ 'ਤੇ ਦਿਖਾ ਸਕਦੇ ਹਾਂ ਕਿ 2,000 ਪਾਉਂਡ ਤੱਕ ਦੇ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਉੱਥੇ ਮਿਲ ਰਹੀ ਹੈ, 4,000 ਪਾਉਂਡ ਤੱਕ ਦੀ ਸਕਾਲਰਸ਼ਿਪ ਉੱਥੇ ਮਿਲ ਰਹੀ ਹੈ ਜਿਹੜੇ ਬੱਚਿਆਂ ਦੀ ਸਟੱਡੀ ਵਧੀਆ। ਗੱਲ ਆਉਂਦੀ ਹੈ ਕਿ ਜਦੋਂ ਬੱਚਾ ਸਟੱਡੀ ਕੰਪਲੀਟ ਕਰਦਾ, ਉਹਦਾ ਵਰਕ ਪਰਮਿਟ ਕੰਪਲੀਟ ਹੁੰਦਾ, ਉਸ ਤੋਂ ਬਾਅਦ ਬੱਚੇ ਕੋਲ ਕੀ ਆਪਸ਼ਨਸ ਬਚਦੀਆਂ ਨੇ? ਬੱਚੇ ਕੋਲ ਪੀ ਆਰ ਦੀ ਆਪਸ਼ਨ ਜ਼ਰੂਰ ਬਚਦੀਆਂ ਨੇ, ਬੱਚਾ ਇਲੀਗਲ ਨਾ ਹੋਏ। ਜਿਹੜਾ ਬੱਚਾ ਇੱਕ ਵਾਰੀ ਇਲੀਗਲ ਹੋ ਜਾਂਦਾ, ਚਾਹੇ ਉਹ 10 ਦਿਨ ਲਈ ਜਾਂ 2 ਦਿਨ ਦੇ ਲਈ ਜਾਂ 2 ਘੰਟੇ ਦੇ ਲਈ ਵੀ, ਜੇਕਰ ਕੋਈ ਬੱਚਾ ਵੀਜ਼ਾ ਤੋਂ ਬਾਹਰ ਹੋ ਕੇ ਉੱਥੇ ਰਹਿੰਦਾ ਤਾਂ ਇਲੀਗਲ ਮੰਨਿਆ ਜਾਂਦਾ। ਇਲੀਗਲ ਬੰਦੇ ਲਈ ਕੋਈ ਵੀ ਵੀਜ਼ਾ ਪ੍ਰੋਸੈਸ ਪ੍ਰੋਪਰ ਨਹੀਂ ਹੋ ਪਾਉਂਦਾ, ਨਾ ਉਹ ਪੀ ਆਰ ਨੂੰ ਲੈ ਕੇ, ਨਾ ਉਹ ਵਰਕ ਪਰਮਿਟ ਨੂੰ ਲੈ ਕੇ। ਬੱਚਾ ਆਪਦਾ ਵੀਜ਼ਾ ਐਕਸਟੈਂਡੇਬਲ ਕਰਾਈ ਚੱਲੇ, ਜਦੋਂ ਤੱਕ ਬੱਚੇ ਦਾ ਵੀਜ਼ਾ ਐਕਸਟੈਂਡੇਬਲ ਹੈ, ਕਾਫੀ 8 ਸਾਲ ਦੇ ਪਲੱਸ 2 ਪਾਸ ਬੱਚੇ ਕੋਲ ਆਪਸ਼ਨ, 8 ਸਾਲ ਤੱਕ ਬੱਚਾ ਵੀਜ਼ਾ ਐਕਸਟੈਂਡ ਕਰਾ ਸਕਦਾ। ਗ੍ਰੈਜੂਏਟ ਬੱਚਾ 5 ਸਾਲ ਤੱਕ ਵੀਜ਼ਾ ਐਕਸਟੈਂਡ ਕਰਾ ਸਕਦਾ। ਇੰਨੀ ਕੁ ਜਦੋਂ ਆਪਣੇ ਕੋਲ ਵੀਜ਼ਾ ਐਕਸਟੈਂਸ਼ਨ ਦੀ ਮਾਹੌਲਤ ਉੱਥੇ ਹੁੰਦੀ ਹੈ ਤਾਂ ਪੀ ਆਰ ਦੇ ਆਪਸ਼ਨ ਉੱਥੇ ਕਾਫੀ ਆਪਣੇ ਲਈ ਖੁੱਲ੍ਹ ਸਕਦੇ ਨੇ। ਇਹ ਨਹੀਂ ਕਿ ਤੁਸੀਂ ਪੀ ਆਰ ਹੋਣ ਦੇ ਲਈ ਤੁਸੀਂ ਗਲਤ ਤਰੀਕੇ ਅਪਣਾਉਣੇ ਸ਼ੁਰੂ ਕਰਦੇ ਹੋ, ਤੁਸੀਂ ਡੇ 1 ਤੋਂ ਇਲੀਗਲ ਹੋ ਜਾਓ, ਸੋਚੋ ਕਿ ਮੇਰੇ ਕਾਲਜ ਦੀ ਫੀਸ ਬਚੇ। ਬੱਚਾ ਜਦੋਂ ਪ੍ਰੋਪਰ ਸਟੱਡੀ ਕਰੇਗਾ, ਪ੍ਰੋਪਰ ਵਰਕ ਪਰਮਿਟ ਕਰੂਗਾ, ਕੋਈ ਇਲੀਗਲ ਐਕਟੀਵਿਟੀ ਨਹੀਂ ਕਰੂਗਾ, ਕ੍ਰਿਮੀਨਲ ਰਿਕਾਰਡ ਨਹੀਂ ਹੋਊਗਾ, ਤਾਂ ਬੱਚੇ ਨੂੰ ਪੀ ਆਰ ਲੈਣ ਦੇ ਵਿੱਚ ਵੀ ਪ੍ਰੋਬਲਮ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਆ ਸਕਦੀ। ਸੋ ਬਿਲਕੁਲ ਜੀ, ਜਦੋਂ ਜੈਨੂਅਨ ਤਰੀਕੇ ਦੇ ਨਾਲ ਜੇਕਰ ਅਸੀਂ ਯੂਕੇ ਦੇ ਵਿੱਚ ਜਾਂਦੇ ਹਾਂ ਕਿ ਪੀ ਆਰ ਜੇਕਰ ਸਾਨੂੰ ਲੱਗਦਾ ਵੀ ਹੈਗਾ ਕਿ ਥੋੜ੍ਹੀ ਹਾਰਡ ਹੈਗੀ ਆ, ਘੱਟ ਮਿਲਦੀ ਹੈਗੀ ਆ, ਪਰ ਜੇਕਰ ਤੁਸੀਂ ਉੱਥੇ ਜਾਓਗੇ ਚੰਗੇ ਤਰੀਕੇ ਦੇ ਨਾਲ ਰਹੋਗੇ, ਜਿਵੇਂ ਕਿ ਜਤਿੰਦਰ ਜੀ ਨੇ ਕਿਹਾ, ਇੱਥੇ ਵੀ ਅਸੀਂ ਕੋਈ ਕੰਮ ਸ਼ੁਰੂ ਕਰਦੇ 10-15-20 ਲੱਖ ਰੁਪਏ ਸਾਡਾ ਲੱਗ ਜਾਂਦਾ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਰਿਸਕ ਹੁੰਦਾ। ਪਰ ਯੂਕੇ ਦੇ ਵਿੱਚ ਜੇਕਰ ਤੁਸੀਂ ਜਾਓਗੇ, ਰਿਸਕ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਵੀਜ਼ਾ ਤਾਂ ਤੁਹਾਡਾ ਐਕਸਟੈਂਡ ਹੁੰਦਾ ਹੀ ਰਹੇਗਾ, 8-10 ਸਾਲ ਤੱਕ ਤੁਸੀਂ ਵੀਜ਼ਾ ਆਪਣਾ। ਮੈਂ ਪ੍ਰੀਤ ਜੀ ਇੱਕ ਐਗਜ਼ਾਮਪਲ ਦੇਣਾ ਚਾਹੁੰਗਾ ਥੋੜ੍ਹੀ ਦਿਨ ਟੋਕਿਆ ਵਿੱਚ, ਕਿ ਜਦੋਂ ਬੱਚਾ ਇੱਥੇ ਇੰਨੇ ਪੈਸੇ ਲਗਾ ਕੇ ਆਪਾਂ ਨੂੰ ਕੰਮ ਕਰਨ ਦੀ ਕੋਈ ਗਰੰਟੀ ਨਹੀਂ, ਜੇ ਆਪਾਂ ਕਿਸੇ ਵੀ ਕੰਟਰੀ ਵਿੱਚ ਜਾਂਦੇ ਹਾਂ, ਯੂਕੇ ਵਰਗੀ ਕੰਟਰੀ ਦੇ ਵਿੱਚ ਜਾਂ ਕਿਸੇ ਵੀ ਹੋਰ ਕੰਟਰੀ ਦੇ ਵਿੱਚ, ਜਿੱਥੇ ਆਪਾਂ ਲੱਗਦਾ ਕਿ ਪੀ ਆਰ ਦੇ ਆਪਸ਼ਨਸ ਘੱਟ ਨੇ, ਘੱਟੋ ਘੱਟ ਬੰਦਾ ਜੇ ਉੱਥੇ 5-7-10 ਸਾਲ ਰਹਿ ਕੇ ਇੱਕ ਵਰਕਿੰਗ ਐਕਸਪੀਰੀਅੰਸ ਲੈ ਕੇ ਆਉਂਦਾ, ਉੱਥੋਂ ਦਾ ਐਕਸਪੋਜ਼ਰ ਲੈ ਕੇ ਆਉਂਦਾ, ਈਵਨ ਜਿਹੜੇ ਬੱਚੇ ਉੱਥੇ ਡਿਗਰੀ ਕਰਨਗੇ ਜਾਂ ਡਿਪਲੋਮਾ ਕਰਨਗੇ, ਉਸ ਤੋਂ ਬਾਅਦ ਬੱਚੇ ਉੱਥੇ ਫਰਦਰ ਜੇ ਕੋਈ ਬੱਚਾ ਮੂਵ ਵੀ ਹੋਣਾ ਚਾਹੁੰਦਾ, ਬੱਚਾ ਯੂਕੇ ਤੋਂ ਅੱਗੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜੇਕਰ ਬੱਚਾ ਚਾਹੁੰਦਾ ਕਿ ਮੈਂ ਪੀ ਆਰ ਵਾਲੀ ਕੰਟਰੀ ਜਾਵਾਂ ਜਿੱਥੇ ਮੈਨੂੰ ਜਲਦੀ ਪੀ ਆਰ ਮਿਲੇ, ਈਜ਼ੀ ਪੀ ਆਰ ਮਿਲੇ, ਤਾਂ ਬੱਚਾ ਉੱਥੋਂ ਆਸਟ੍ਰੇਲੀਆ ਵਰਗੀ ਕੰਟਰੀ ਵਿੱਚ ਮੂਵ ਵੀ ਹੋ ਸਕਦਾ, ਪਰ ਤੁਹਾਡੀ ਸਟੱਡੀ ਜਿਹੜੀ ਆ ਉਹਨੂੰ ਕੰਪਲੀਟ ਕਰਨ ਤੋਂ ਬਾਅਦ ਤੁਹਾਡੇ ਕੋਲ ਮੂਵਿੰਗ ਆਪਸ਼ਨ ਨੇ। ਕੰਮ ਕਰਨ ਨੂੰ ਲੈ ਕੇ ਇੱਥੇ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਫਿਰ ਦੱਸਣਾ ਚਾਹੂੰਗਾ ਕਿ ਕੰਮ ਕਰਨ ਨੂੰ ਲੈ ਕੇ ਤੁਸੀਂ 20 ਘੰਟੇ ਵੀਕਲੀ ਕੰਮ ਕਰ ਸਕਦੇ ਹੋ, ਉਹਦੇ ਵਿੱਚ ਤੁਹਾਨੂੰ ਜਿਹੜੇ ਇੱਕ ਡਾਲਰ ਜਿਹੜਾ ਪਾਉਂਡ ਦਾ ਪੇ ਰੇਟ ਆ, ਉਹ ਸਾਰੇ ਬੱਚੇ ਜਾਣਦੇ ਕਿ ਅਪਰੋਕਸੀਮੇਟਲੀ 100 ਰੁਪਏ ਪਰ ਜਿਹੜਾ ਪਾਉਂਡ ਦਾ ਰੇਟ ਹੈਗਾ, ਤੁਹਾਨੂੰ ਇੱਕ ਵਧੀਆ ਉੱਥੇ ਪੇ ਸਕੇਲ ਮਿਲਦਾ, ਬੱਚਾ ਤੇ ਵਧੀਆ ਕੰਮ ਕਰਕੇ ਸਟੱਡੀ ਦੇ ਦੌਰਾਨ ਵੀ ਵਧੀਆ ਉੱਥੇ ਪੈਸਾ ਕਮਾ ਸਕਦਾ, ਆਪਣੀ ਜਿਹੜੀ ਇੱਕ ਫਿਊਚਰ ਨੂੰ ਵਧੀਆ ਬ੍ਰਾਈਟ ਕਰ ਸਕਦਾ ਹੈ। ਜੀ ਬਿਲਕੁਲ ਜੀ, ਸੋ ਯੂਕੇ ਦਾ ਆਈ ਹੋਪ ਕਿ ਪੂਰਾ ਪ੍ਰੋਸੈਸ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੋਰ ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਕਿਉਂਕਿ ਸ਼ੋਜ਼ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਤੁਹਾਡੇ ਮਨ ਦੇ ਸਾਰੇ ਜਿੰਨੇ ਵੀ ਕੁਐਸਚਨ ਹੈਗੇ ਉਹਨਾਂ ਨੂੰ ਪੁੱਟ ਕੀਤਾ ਜਾਵੇ, ਪਰ ਕਿਤੇ ਨਾ ਕਿਤੇ ਫਿਰ ਵੀ ਤੁਹਾਡੇ ਮਨ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ। ਸੋ ਆਪਣਾ ਪ੍ਰੋਫਾਈਲ, ਆਪਣੇ ਡਾਕੂਮੈਂਟ ਜੋ ਵੀ ਤੁਹਾਡੇ ਕੋਲ ਹੈਗੇ ਨੇ ਉਹ ਲੈ ਕੇ ਆਫਿਸ ਦੇ ਵਿੱਚ ਵਿਜ਼ਿਟ ਕਰਿਆ ਕਰੋ, ਆਪਣੇ ਡਾਕੂਮੈਂਟ ਦਿਖਾਓ, ਤਾਂ ਹੀ ਜਿਹੜਾ ਕੋਈ ਵੀ ਕੰਸਲਟੈਂਟ ਹੈਗਾ ਤੁਹਾਡੇ ਡਾਕੂਮੈਂਟ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਨੂੰ ਦੱਸ ਸਕੇਗਾ ਕਿ ਕਿਹੜੀ ਕੰਟਰੀ ਤੁਹਾਨੂੰ ਸੂਟ ਬੈਠੇਗੀ ਜਾਂ ਕਿਹੜਾ ਕਾਲਜ, ਯੂਨੀਵਰਸਿਟੀ, ਕਿਹੜਾ ਕੋਰਸ ਤੁਹਾਨੂੰ ਸੂਟ ਬੈਠੇਗਾ। ਸੋ ਯੂਕੇ ਆਸਟ੍ਰੇਲੀਆ ਤੋਂ ਹੁਣ ਬਾਅਦ ਹੁਣ ਉਹਨਾਂ ਸਟੂਡੈਂਟਸ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਬੈਂਡਸ ਕਿਤੇ ਨਾ ਕਿਤੇ ਘੱਟ ਨੇ ਜਾਂ ਆਇਲਸ ਨਹੀਂ ਕਰ ਸਕਦੇ ਜਾਂ ਫਿਰ ਸਟੱਡੀ ਦੇ ਵਿੱਚ ਗੈਪ ਹੋ ਚੁੱਕਾ ਹੈ, ਤਾਂ ਉਹਨਾਂ ਲਈ ਵੀ ਇਹ ਨਹੀਂ ਹੈਗਾ ਕਿ ਨਹੀਂ ਵੀ ਹੁਣ ਤੁਸੀਂ ਜਾ ਹੀ ਨਹੀਂ ਸਕਦੇ, ਉਹਨਾਂ ਲਈ ਵੀ ਬਹੁਤ ਸਾਰੀਆਂ ਆਪਸ਼ਨਸ ਨੇ ਜਿਵੇਂ ਸਿੰਗਾਪੁਰ, ਸਾਈਪ੍ਰਸ, ਬਹੁਤ ਸਾਰੀ ਕੰਟਰੀਜ਼ ਨੇ। ਸੋ ਸਾਈਪ੍ਰਸ ਦੀ ਗੱਲ ਕੀਤੀ ਜਾਵੇ ਤਾਂ ਸਾਈਪ੍ਰਸ ਦਾ ਕਿੱਦਾਂ ਦਾ ਪ੍ਰੋਸੈਸ? ਜੀ ਬਿਲਕੁਲ ਪ੍ਰੀਤ ਜੀ, ਮੈਂ ਦੱਸਣਾ ਚਾਹੂੰਗਾ ਕੰਟਰੀਜ਼ ਕਾਫੀ ਨੇ, ਚਾਹੇ ਸਿੰਗਾਪੁਰ ਹੈ, ਚਾਹੇ ਸਾਈਪ੍ਰਸ ਹੈ, ਜਰਮਨੀ ਵਰਗੀ ਕੰਟਰੀ ਜੇ 5-5.5 ਬੈਂਡ ਵਾਲਾ ਵੀਜ਼ਾ ਲੱਗਦਾ ਹੈ, ਜਾਂ ਪੋਲੈਂਡ ਵਰਗੀ ਕੰਟਰੀ ਨੇ ਵਿਦਾਊਟ ਆਇਲ ਸਪਲਾਈ ਕਰ ਸਕਦੇ, ਯੂਕਰੇਨ ਵਰਗੀਆਂ ਕੰਟਰੀਜ਼ ਨੇ, ਜਾਂ ਕਾਫੀ ਹੋਰ ਵੀ ਯੂਰੋਪੀਅਨ ਯੂਨੀਅਨ ਦੇ ਵਿੱਚ ਕਾਫੀ ਨੇ, ਸ਼ੈਨਗਨ ਦੇ ਵਿੱਚ ਕਾਫੀ ਕੰਟਰੀ ਨੇ ਜਿੱਥੇ ਤੁਸੀਂ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ। ਪਰ ਕਿਤੇ ਨਾ ਕਿਤੇ ਮੈਟਰ ਕਰਦਾ ਕਿ ਤੁਹਾਡਾ ਸਕਸੈਸ ਰੇਟ ਕਿੱਥੇ ਆ ਰਿਹਾ। ਪੋਲੈਂਡ ਦੀ ਗੱਲ ਕਰੀ, ਕਾਫੀ ਘੱਟ ਸਕਸੈਸ ਰੇਟ ਹੈ, ਜਰਮਨੀ ਦੀ ਗੱਲ ਕਰੀ, ਸਕਸੈਸ ਰੇਟ ਬਹੁਤ ਘੱਟ ਹੈ, ਬੱਚੇ ਨੂੰ ਦੋ ਦੋ ਤਿੰਨ ਇੰਟਰਵਿਊ ਕਲੀਅਰ ਕਰਕੇ ਫਿਰ ਫਰਦਰ ਅੱਗੇ ਪ੍ਰੋਸੈਸ ਬੱਚੇ ਦਾ ਹੁੰਦਾ। ਪਰ ਜੇ ਆਪਾਂ ਸਾਈਪ੍ਰਸ ਨੂੰ ਲੈਕ ਕਰੀਏ, ਟੂਰਿਸਟ ਡੈਸਟੀਨੇਸ਼ਨ ਹੈ, ਯੂਰੋਪੀਅਨ ਯੂਨੀਅਨ ਦਾ ਪਾਰਟ ਹੈ, ਬਹੁਤ ਸੋਹਣੀ ਕੰਟਰੀ ਹੈ, ਜਿਹੜਾ ਬੱਚਾ ਉੱਥੇ ਤਰੀਕੇ ਸਿਰ ਕੰਮ ਕਰ ਕਰਦਾ, ਤਰੀਕੇ ਸਿਰ ਪੜ੍ਹਾਈ ਕਰਦਾ, ਬੱਚੇ ਦਾ ਫਿਊਚਰ ਵਧੀਆ ਬਣਦਾ। ਜੇਕਰ ਬੱਚਾ ਪੜ੍ਹਾਈ ਦੇ ਨਾਲ ਨਾਲ ਵੀ ਕੰਮ ਕਰੇ ਤਾਂ ਬੱਚਾ ਕਾਫੀ ਵਧੀਆ ਪੈਸਾ ਵੀ ਕਮਾ ਸਕਦਾ।
ਤੁਸੀਂ ਈਜ਼ਲੀ ਜਿਹੜਾ ਸਾਈਪ੍ਰਸ ਦੇ ਵਿੱਚ ਜਾ ਕੇ ਸਟੱਡੀ ਕਰ ਸਕਦੇ ਹੋ। ਸਟੱਡੀ ਦੇ ਦੌਰਾਨ ਤੁਹਾਨੂੰ 20 ਘੰਟੇ ਜਿਹੜੇ ਕੰਮ ਦੀ ਮੌਲਤ ਵੀ ਦਿੱਤੀ ਜਾਂਦੀ ਹੈ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਛੁੱਟੀਆਂ ਦੇ ਵਿੱਚ ਜਿਹੜਾ ਆਪਣੀਆਂ ਹੋਲੀਡੇਜ਼ ਹੁੰਦੀਆਂ ਨੇ ਉਹਦੇ ਵਿੱਚ ਤੁਹਾਨੂੰ ਈਜ਼ਲੀ ਤੁਹਾਨੂੰ 24 ਘੰਟੇ ਕੰਮ ਅਲਾਊਡ ਆ, ਤੁਸੀਂ ਕਿਸੇ ਵੀ ਟਾਈਮ ਕਿੰਨਾ ਵੀ ਕੰਮ ਕਰ ਸਕਦੇ ਹੋ। ਬੱਚੇ ਦੀ ਉੱਥੇ ਜੇ ਸਾਲ ਦੇ ਵਿੱਚ ਮੈਂ ਗੱਲ ਕਰਾਂ ਤਾਂ ਅਪਰੋਕਸੀਮੇਟਲੀ ਬੱਚੇ ਦੀਆਂ 6 ਤੋਂ 7 ਮੰਥ ਕਲਾਸਾਂ ਲੱਗਦੀਆਂ ਨੇ। ਇਸ ਤੋਂ ਇਲਾਵਾ ਬੱਚਾ ਉੱਥੇ ਫ੍ਰੀ ਹੁੰਦਾ, ਬੱਚਾ ਉੱਥੇ ਕੰਮ ਕਾਰ ਕਰ ਸਕਦਾ ਹੈ ਕਿਉਂਕਿ ਟੂਰਿਸਟ ਡੈਸਟੀਨੇਸ਼ਨ ਹੈ, ਟੂਰਿਸਟ ਕਾਫੀ ਆਉਂਦੇ ਨੇ। ਉਸ ਤੋਂ ਇਲਾਵਾ ਵੀ ਜੇਕਰ ਜਿਹੜੇ ਬੱਚੇ ਕਿਸੇ ਨੂੰ ਕੋਈ ਕਿਸੇ ਵੀ ਤਰੀਕੇ ਦਾ ਕੰਮ ਆਉਂਦਾ, ਚਾਹੇ ਉਹ ਕੈਫੇ ਸ਼ੋਪ 'ਚ ਕੰਮ ਕਰਦਾ ਜਾਂ ਬੱਚਾ ਕੰਪਿਊਟਰ ਸੈਂਟਰ 'ਚ ਕੰਮ ਕਰਦਾ ਜਾਂ ਬੱਚਾ ਉੱਥੇ ਖੇਤੀਬਾੜੀ ਦੇ ਵੀ ਕੰਮ ਹੈਗੇ, ਉੱਥੇ ਬੱਚਿਆਂ ਕੋਲ ਵੈਲਡਿੰਗ ਦੇ ਕੰਮ ਹੈਗੇ ਆ, ਉੱਥੇ ਜਿਵੇਂ ਆਪਾਂ ਕਾਰਪੈਂਟਰਸ ਦੇ ਕੰਮ ਕਾਫੀ ਹੈਗੇ। ਬੱਚਿਆਂ ਕੋਲ ਕੋਈ ਵੀ ਜੇ ਹੁਨਰ ਹੈਗਾ, ਕੋਈ ਬੱਚਾ ਕੰਮ ਕਰ ਸਕਦਾ ਤਾਂ ਬੱਚਾ ਉੱਥੇ ਪੜ੍ਹਾਈ ਦੇ ਨਾਲ ਨਾਲ 50,000 ਤੋਂ ਲੈ ਕੇ 1,00,000 ਰੁਪਇਆ ਕਮਾ ਸਕਦਾ। ਗੱਲ ਆਉਂਦੀ ਹੈ ਕਿ ਖਰਚੇ ਦੀ, ਕਿੰਨਾ ਕੁ ਖਰਚਾ ਲਾ ਕੇ ਆਪਾਂ ਸਾਈਪ੍ਰਸ ਜਾ ਸਕਦੇ ਹਾਂ। 3.5 ਤੋਂ 4 ਲੱਖ ਦੇ ਵਿੱਚ ਬੱਚਾ 1 ਸਾਲ ਦੀ ਫੀਸ, ਬੱਚੇ ਦੀ ਮਿਸਲੇਨੀਅਸ ਚਾਰਜਸ, ਬੱਚੇ ਦੇ ਉੱਥੇ ਫਲਾਈਟ ਦੇ ਚਾਰਜ, ਬੱਚੇ ਦਾ ਏਅਰਫੇਅਰ ਜਿਹੜਾ ਸਾਰਾ ਟੋਟਲ ਵਿੱਚ ਹੈਗਾ। ਬੱਚੇ ਨੇ ਕੋਈ ਟਿਕਟ ਨਹੀਂ ਲੈਣੀ, ਬੱਚੇ ਨੇ ਕੋਈ ਵੀਜ਼ਾ ਨਹੀਂ ਕਰਵਾਉਣਾ, ਬੱਚੇ ਨੇ ਸਿਰਫ ਸਾਨੂੰ ਡਾਕੂਮੈਂਟ ਦੇਣੇ ਨੇ। ਉਸ ਤੋਂ ਇਲਾਵਾ ਬੱਚੇ ਨੇ ਕੋਈ ਵੀ ਪੇਮੈਂਟ ਤੁਹਾਨੂੰ ਬਿਫੋਰ ਵੀਜ਼ਾ ਨਹੀਂ ਦੇਣੀ, ਸਾਰੀ ਪੇਮੈਂਟ ਤੁਹਾਡੀ ਆਫਟਰ ਵੀਜ਼ਾ। ਉਹਦੇ ਵਿੱਚ ਆਪਣੀ ਏਅਰ ਟਿਕਟ ਆ, ਤੁਹਾਡੇ ਮਿਸਲੇਨੀਅਸ ਚਾਰਜ ਨੇ, ਉੱਥੇ ਮਟੀਰੀਅਲ ਚਾਰਜ ਨੇ, ਤੁਹਾਡੇ ਪਿੰਕ ਸਲਿਪ ਚਾਰਜਸ ਵੀ ਵਿੱਚ ਨੇ ਨਾਲ ਦੀ ਨਾਲ। ਬੱਚੇ ਦੇ ਜਿਹੜੇ ਉੱਥੇ ਕੋਈ ਵੀ ਅਲੱਗ ਖਰਚੇ ਨੇ ਉਹ ਵਿੱਚ ਨੇ, ਸਿਰਫ ਤੁਹਾਡੀ ਅਕੋਮੋਡੇਸ਼ਨ ਵਿੱਚ ਨਹੀਂ, ਅਕੋਮੋਡੇਸ਼ਨ ਸਾਡੇ ਵੱਲੋਂ ਪ੍ਰੋਵਾਈਡ ਕਰਵਾਈ ਜਾ ਸਕਦੀ ਹੈ, ਤੁਹਾਨੂੰ ਉੱਥੇ ਏਅਰਪੋਰਟ ਪਿਕਅਪ ਵੀ ਸਾਡੇ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਸਕਦਾ ਹੈ। ਬੱਚੇ ਈਜ਼ੀਲੀ ਅਪਲਾਈ ਕਰਕੇ ਈਜ਼ੀਲੀ ਵੀਜ਼ਾ ਲੈ ਸਕਦੇ ਨੇ ਘੱਟ ਖਰਚੇ ਦੇ ਵਿੱਚ, ਘੱਟ ਸਮੇਂ ਦੇ ਵਿੱਚ। ਹੁਣ ਦੀ ਜੇ ਮੈਂ ਗੱਲ ਕਰਾਂ ਤਾਂ 1 ਤੋਂ 1.5 ਮੰਥ ਦਾ ਜਿਹੜਾ ਸਮਾਂ ਲੱਗਦਾ ਸਾਈਪ੍ਰਸ ਦਾ ਵੀਜ਼ਾ, ਉਹਨੂੰ ਤੁਸੀਂ ਅੱਜ ਸਾਡੇ ਕੋਲ ਅਪਲਾਈ ਕਰੋ, 1 ਮੰਥ ਬਾਅਦ ਤੁਸੀਂ ਸਾਈਪ੍ਰਸ ਜਾ ਕੇ ਆਪਣੀ ਸਟੱਡੀ ਜਿਹੜੀ ਆ ਉਹ ਸਟਾਰਟ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਤੁਸੀਂ ਸ਼ੋਅ ਦੇ ਵਿੱਚ। ਸੋ ਅੱਜ ਅਸੀਂ ਯੂਕੇ, ਆਸਟ੍ਰੇਲੀਆ ਤੇ ਨਾਲ ਦੀ ਨਾਲ ਸਾਈਪ੍ਰਸ ਬਾਰੇ ਗੱਲਬਾਤ ਕੀਤੀ ਹੈ। ਇਹਨਾਂ ਸਾਰੀ ਕੰਟਰੀਜ਼ ਬਾਰੇ ਜਾਂ ਇਸ ਤੋਂ ਇਲਾਵਾ ਹੋਰ ਕਿਸੇ ਕੰਟਰੀ ਦੇ ਵਿੱਚ ਤੁਸੀਂ ਜਾਣ ਦਾ ਸੁਪਨਾ ਦੇਖ ਰਹੇ ਹੋ ਤੇ ਹੋਰ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਐਜੂਕੇਸ਼ਨ ਐਬਰੋਡ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ ਤੇ ਕਾਲ ਕਰੋ ਤੇ ਆਫਿਸ ਦੇ ਵਿੱਚ ਆਓ। ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।